ਸ਼੍ਰੀਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਬੱਡੀ ਕੋਚ ਕੇਐਸ ਨੈਨੀ ਅੱਜ ਪਹੁੰਚੇ ਹੋਏ ਆ ਪੂਰੀ ਪੰਜਾਬੀ ਲਾਈਵ ਟੀਵੀ ਦੀ ਟੀਮ ਦੇ ਨਾਲ ਦੁਆਬੇ ਦੇ ਪ੍ਰਸਿੱਧ ਨਗਰ ਜੰਡਿਆਲੇ ਮੰਝਕੀ ਵਿਖੇ। ਬਿਲਕੁਲ ਦੋਸਤੋ, ਦੁਆਬੇ ਦੇ ਪ੍ਰਸਿੱਧ ਨਗਰ ਜੰਡਿਆਲੇ ਵਿਖੇ, ਕਿਉਂਕਿ ਇੱਕ ਜੰਡਿਆਲਾ ਗੁਰੂ ਆ ਜੋ ਕਿ ਅੰਮ੍ਰਿਤਸਰ ਰੋਡ ਦੇ ਉੱਪਰ ਪੈਂਦਾ ਹੈ ਅਤੇ ਮਾਝੇ ਦੇ ਵਿੱਚ ਪੈਂਦਾ ਹੈ, ਪਰ ਇਹ ਜੰਡਿਆਲਾ ਜੋ ਮੰਝਕੀ ਦਾ ਜੰਡਿਆਲਾ ਵੱਜਦਾ ਹੈ, ਇਹ ਉਹ ਜੰਡਿਆਲਾ ਹੈ ਜਿੱਥੋਂ ਦਾ ਜਤਿੰਦਰ ਜੌਹਲ ਆ। ਬਿਲਕੁਲ ਦੋਸਤੋ, ਪਲੇਅਰਾਂ ਨੂੰ, ਕਮੈਂਟੇਟਰਸ ਨੂੰ, ਮਾਂ ਖੇਡ ਕਬੱਡੀ ਨਾਲ ਜੁੜੇ ਹੋਏ ਖਿਡਾਰੀਆਂ ਨੂੰ ਜਾਂ ਹਰ ਫੀਲਡ ਦੇ ਬੰਦਿਆਂ ਨੂੰ ਮੋਟਰਸਾਈਕਲਾਂ ਦੇ ਨਾਲ, ਗੱਡੀਆਂ ਦੇ ਨਾਲ ਮਾਨ ਸਨਮਾਨ ਕਰਨ ਵਾਲਾ ਜਤਿੰਦਰ ਜੌਹਲ, ਜੰਡਿਆਲਾ ਮੰਝਕੀ ਵਾਲਾ ਜਤਿੰਦਰ ਜੌਹਲ। ਆਓ ਮਿਲਦੇ ਹਾਂ ਦੋਸਤੋ ਜੰਡਿਆਲੇ ਮੰਝਕੀ ਵਾਲੇ ਜਤਿੰਦਰ ਜੌਹਲ ਦੇ ਨਾਲ। ਜਤਿੰਦਰ, ਤੁਹਾਡਾ ਪੰਜਾਬੀ ਲਾਈਵ ਟੀਵੀ ਵਿੱਚ ਆਉਣ ਦੇ ਲਈ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ। ਸਤਿ ਸ਼੍ਰੀ ਅਕਾਲ ਮੇਰੇ ਦੋਸਤੋ, ਮੈਂ ਧੰਨਵਾਦ ਕਰਦਾ ਪੰਜਾਬੀ ਲਾਈਫ ਟੀਵੀ ਵਾਲਿਆਂ ਦਾ ਜੋ ਚੱਲ ਕੇ ਮੇਰੇ ਕੋਲ ਇੱਥੇ ਆਏ ਆ, ਮੈਂ ਇਹਨਾਂ ਦਾ ਬਹੁਤ ਦਿਲੋਂ ਸ਼ੁਕਰ ਕਰਦਾ। ਜਤਿੰਦਰ, ਹੁਣ ਅਸੀਂ ਗੱਲ ਤੁਹਾਡੀ ਉਮਰ ਦੀ, ਤੁਹਾਡੀ ਐਜੂਕੇਸ਼ਨ ਦੀ ਬਾਅਦ ਚ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਉਸ ਪਰਿਵਾਰ ਬਾਰੇ ਜਾਣਨਾ ਚਾਹੁੰਦੇ ਹਾਂ ਜਿਸ ਪਰਿਵਾਰ ਦਾ ਨਾਂ ਤੁਸੀਂ ਅੱਜ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕਰ ਰਹੇ ਹੋ। ਜਿੱਦਾਂ ਮੈਂ, ਮੇਰੇ ਬਾਬਾ ਜੀ ਦਾ ਨਾਂ ਜੋਗਿੰਦਰ ਸਿੰਘ ਅਤੇ ਮੇਰੀ ਦਾਦੀ ਜੀ ਦਾ ਨਾਂ ਬਲਵੀਰ ਕੌਰ, ਅਤੇ ਸਾਡੀ ਅੱਲ ਹੈਗੀ ਬਿੱਸੇ ਕਿੱਸੇਕਿਆਂ ਦੀ, ਸਾਨੂੰ ਸਾਰੇ ਇੱਥੇ ਜੰਡਿਆਲੇ ਵਿੱਚ ਬਿੱਸੇ ਕਿੱਸੇਕਿਆਂ ਦੇ ਕਹਿੰਦੇ ਆ। ਅਤੇ ਮੇਰੇ ਡੈਡ ਦਾ ਨਾਂ ਹੈਗਾ ਕੁਲਦੀਪ ਸਿੰਘ, ਜਿਨ੍ਹਾਂ ਨੂੰ ਆਫ ਕੀਪਾ ਵੀ ਕਹਿੰਦੇ ਆ। ਅਤੇ ਮੇਰੀ ਮਾਤਾ ਜੀ ਦਾ ਨਾਂ ਹੈਗਾ ਮਨਜੀਤ ਕੌਰ, ਅਤੇ ਮੇਰੀ ਵਾਈਫ ਦਾ ਨਾਂ ਅਮਰਜੀਤ ਕੌਰ, ਅਤੇ ਦੋ ਬੱਚੇ ਆ ਮੇਰੇ ਜੋ ਨਵੀਰ ਜੌਹਲ 9 ਸਾਲ ਦਾ, ਅਤੇ ਇੱਕ ਬੇਟੀ ਆ ਜੋ 1 ਸਾਲ ਦੀ ਹੈ। ਜਿੱਦਾਂ ਤੁਸੀਂ ਪਹਿਲਾਂ ਆਪਣੇ ਪਰਿਵਾਰ ਦੇ ਬਾਰੇ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਈ, ਤੇ ਸਾਨੂੰ ਇਹ ਦੱਸੋਗੇ ਜੇ ਤੁਹਾਡਾ ਪਰਿਵਾਰ ਆ ਹੁਣ ਇੱਥੇ ਜੰਡਿਆਲੇ ਮੰਝਕੀ ਵਿਖੇ ਰਹਿੰਦਾ ਜਾਂ US ਤੁਹਾਡੇ ਨਾਲ? ਅਸੀਂ US ਰਹਿੰਦੇ ਆ, ਇੱਥੇ ਮੇਰੇ ਚਾਚਾ ਜੀ ਤੇ ਚਾਚੀ ਜੀ ਰਹਿੰਦੇ ਆ। ਓਕੇ, ਤੇ ਤੁਹਾਡੇ ਮਾਤਾ ਪਿਤਾ ਤੇ ਬ੍ਰਦਰ ਸਾਰੇ ਤੁਸੀਂ? ਹਾਂਜੀ, ਸਾਰੇ ਮਿਲ ਕੇ ਰਹਿੰਦੇ ਆ। ਉੱਥੇ ਕਿਹੜੇ ਸ਼ਹਿਰ ਦੇ ਵਿੱਚ ਰਹਿੰਦੇ ਹੋ ਤੁਸੀਂ? ਅਸੀਂ ਉੱਥੇ ਕੈਲੀਫੋਰਨੀਆ ਦੇ ਲੈਥਰੋਪ ਸ਼ਹਿਰ ਦੇ ਵਿੱਚ ਰਹਿੰਦੇ ਆ। ਠੀਕ ਹੈ, ਤੇ ਤੁਸੀਂ ਜਿਹੜੀ ਸੈਂਟਰ ਵੈਲੀ ਦੀ ਟੀਮ ਨੂੰ ਸਪਾਂਸਰ ਕਰਦੇ ਹੋ ਉੱਥੇ, ਉਹਦੇ ਨਾਲ ਜੁੜੇ ਹੋਏ ਹੋ? ਹਾਂਜੀ, ਉਹਨਾਂ ਦੇ ਨਾਲ ਜੁੜੇ ਹੋਏ ਅਸੀਂ। ਤੇ ਉਹ ਕਿੰਨੀ ਕੁ ਤੁਹਾਡੇ ਤੋਂ ਦੂਰ ਪੈ ਜਾਂਦਾ ਸੈਂਟਰ ਵੈਲੀ? ਜਿੱਦਾਂ ਸਾਡੀ ਕਾਉਂਟੀ ਦਾ ਨਾਂ ਸੈਂਟਰ ਵੈਲੀ ਆ, ਜੋ ਸਾਰੇ ਲਾਗੇ ਲਾਗੇ ਜਿੰਨੇ ਸ਼ਹਿਰ ਆ ਉਹਨੂੰ ਸੈਂਟਰ ਵੈਲੀ ਕਹਿ ਦਿੰਦੇ ਆ। ਓਕੇ, ਹਾਂਜੀ, ਠੀਕ ਹੈ। ਤੇ ਇਹ ਜਿਹੜਾ ਸੈਂਟਰ ਵੈਲੀ ਦੇ ਨਾਲ ਜੁੜਨ ਦਾ ਸਬੱਬ ਸੀਗਾ, ਇਹ ਕਿੱਦਾਂ ਬਣਿਆ ਤੁਹਾਡਾ ਉੱਥੇ USA ਵਿੱਚ? ਇਹਨਾਂ ਦੇ ਨਾਲ ਮੇਰੇ ਮਾਮਾ ਜੀ ਲਖਵੀਰ ਸਿੰਘ ਕਾਲਾ, ਜਿਨ੍ਹਾਂ ਨੂੰ ਕਾਲਾ ਟ੍ਰੈਸੀ ਦੇ ਨਾਂ ਤੇ ਜਾਣਦੇ ਆ, ਉਹ ਮੇਰੇ ਮਾਮਾ ਜੀ, ਉਹਨਾਂ ਦੇ ਨਾਲ ਸੀ, ਤਾਂ ਮੈਂ ਵੀ ਉਹਨਾਂ ਦੇ ਨਾਲ ਜੁੜ ਗਿਆ। ਜਤਿੰਦਰ, ਇੱਕ ਮੈਨੂੰ ਬੜੀ ਹੈਰਾਨੀ ਹੋ ਰਹੀ ਹੈ, ਦਰਸ਼ਕੋ ਤੁਹਾਨੂੰ ਵੀ ਬੜੀ ਹੈਰਾਨੀ ਹੋਊਗੀ, ਵੀ ਅਸੀਂ ਪਹਿਲਾਂ ਇੰਟਰਵਿਊ ਕੀਤੀ ਸੀਗੀ ਸੁੱਖੇ ਚੱਕਾਂ ਵਾਲੇ ਦੀ, ਤੇ ਗੱਲਾਂ ਗੱਲਾਂ ਦੇ ਵਿੱਚ ਪਤਾ ਲੱਗਾ ਤੇ ਅਸੀਂ ਜ਼ਿਕਰ ਵੀ ਕੀਤਾ ਵੀ ਸੁੱਖਾ ਚੱਕਾਂ ਵਾਲਾ ਜਿਹੜਾ, ਉਹਦੀ ਕੀ ਰਿਸ਼ਤੇਦਾਰੀ ਹੈ ਜਤਿੰਦਰ ਹੋਰਾਂ ਦੇ ਨਾਲ? ਜਤਿੰਦਰ ਹੋਰਾਂ ਦੀ ਸਿਸਟਰ ਨੂੰ, ਕਜ਼ਨ ਸਿਸਟਰ ਨੂੰ ਵਿਆਹਿਆ ਹੋਇਆ ਹੈ ਸੁੱਖਾ ਚੱਕਾਂ ਵਾਲਾ, ਜੋ ਕਿ ਮਾਂ ਖੇਡ ਕਬੱਡੀ ਦਾ ਬੜਾ ਵਧੀਆ ਪ੍ਰਮੋਟਰ ਆ, ਉਹ ਵੀ ਇੱਕ ਜਿਹੜਾ ਆਪਾਂ ਕਹਿੰਦੇ ਯੰਗ ਪ੍ਰਮੋਟਰ ਆ ਕਬੱਡੀ ਦਾ। ਤੇ ਕਾਲੇ ਟ੍ਰੇਸੀ ਹੋ ਰਹੀ ਨੇ, ਉਹ ਜਤਿੰਦਰ ਦੇ ਮਾਮੇ ਹੋ ਰਹੀ ਨੇ, ਤੇ ਬੜਾ ਮੈਂ ਕਹਿ ਲਈਏ ਵੀ ਆਪਣਾ ਅਜੀਬ ਜਿਹਾ ਸੁਭਾਅ ਆ, ਵੀ ਸਾਰੇ ਹੀ ਪਰਿਵਾਰ, ਬੇਸ਼ੱਕ ਉਹ ਨਾਨਕਾ ਪਰਿਵਾਰ ਆ, ਬੇਸ਼ੱਕ ਉਹ ਭਣੋਈਆ ਹੈ ਜਾਂ ਜਤਿੰਦਰ ਹੋਰੀ ਆਪ ਖੁਦ ਨੇ, ਸਾਰੇ ਦੇ ਸਾਰੇ ਮਾਂ ਖੇਡ ਕਬੱਡੀ ਦੀ ਸੇਵਾ ਦੇ ਵਿੱਚ ਜੁੜੇ ਹੋਏ ਨੇ, ਤੇ ਮਾਂ ਖੇਡ ਕਬੱਡੀ ਨੂੰ ਪ੍ਰਮੋਟ ਕਰਨ ਦੇ ਲਈ ਯਤਨਸ਼ੀਲ ਨੇ। ਪਰ ਇੱਕ ਗੱਲ ਮੈਂ ਹੋਰ ਇੱਥੇ ਜਿਹੜੀਆਂ ਆਉਣ ਵਾਲੀਆਂ ਗੱਲਾਂ ਦੇ ਵਿੱਚ ਮੈਂ ਜ਼ਰੂਰ ਮੈਂਸ਼ਨ ਕਰੂੰਗਾ, ਵੀ ਜਤਿੰਦਰ ਹੋਰੀ ਇਕੱਲੇ ਮਾਂ ਖੇਡ ਕਬੱਡੀ ਨੂੰ ਹੀ ਨਹੀਂ ਪ੍ਰਮੋਟ ਕਰਦੇ, ਬਲਕਿ ਆਪਣੇ ਪਿੰਡ ਦੇ ਵਿੱਚ, ਆਪਣੇ ਨਗਰ ਦੇ ਵਿੱਚ ਜਿੰਨੇ ਵੀ ਸਮਾਜ ਸੇਵਾ ਦੇ ਕੰਮ ਜਾਂ ਜਿੰਨੇ ਵੀ ਡਿਵੈਲਪਮੈਂਟ ਦੇ ਕੰਮ ਨੇ, ਉਹਦੇ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ, ਅਤੇ ਉਹ ਗੱਲਾਂ ਅਸੀਂ ਬਾਅਦ ਦੇ ਵਿੱਚ ਕਰਾਂਗੇ। ਹੁਣ ਗੱਲ ਆਉਂਦੇ ਹਾਂ ਅਸੀਂ ਕਬੱਡੀ ਦੇ ਉੱਪਰ। ਕਬੱਡੀ ਦੇ ਤੁਸੀਂ ਪ੍ਰਮੋਟ ਕਰਨਾ ਕਦੋਂ ਤੋਂ ਸ਼ੁਰੂ ਕੀਤਾ ਜਤਿੰਦਰ? ਮੈਂ 2011 ਦੇ ਵਿੱਚ ਇੰਡੀਆ ਆਇਆ ਸੀ, ਅਤੇ ਮੇਰੇ ਪਿੰਡ ਦੇ ਮੋਰਵਾ ਬੰਦੇ ਟੂਰਨਾਮੈਂਟ ਕਰਾਉਂਦੇ ਸੀ ਪਿੰਡ ਪੱਧਰ ਦਾ, ਉਹਨੇ ਪਿੰਡ ਪੱਧਰ ਦਾ ਸ਼ੁਰੂ ਕੀਤਾ ਸੀ ਕਰਾਉਣ, ਮੇਰੇ ਕੋਲ ਆਏ ਅਤੇ ਮੈਂ ਉਹਨਾਂ ਨਾਲ ਜੁੜਿਆ, ਅਤੇ ਉਹਨਾਂ ਨੂੰ ਮੈਂ ਫਸਟ ਪ੍ਰਾਈਜ਼ ਦੇਣਾ ਸ਼ੁਰੂ ਕੀਤਾ ਸੀ। ਓਕੇ, ਅਤੇ ਫਿਰ ਪਤਾ ਨਹੀਂ ਉਹਨਾਂ ਦੀ ਕੋਈ ਆਪਸ ਵਿੱਚ ਹੀ ਪ੍ਰੋਬਲਮ ਪੈ ਗਈ, ਉਹ ਟੂਰਨਾਮੈਂਟ ਉਹਨੇ ਸਟੋਪ ਕਰਤਾ, ਮੈਂ 13 ਚ ਆਇਆ, ਉਹਨੇ ਟੂਰਨਾਮੈਂਟ ਨਹੀਂ ਕਰਾਇਆ। ਫਿਰ ਮੈਂ ਮੋਹਰੇ ਹੋ ਕੇ 2014 ਦੇ ਵਿੱਚ, 2014 ਦੇ ਵਿੱਚ ਆਪ ਕਰਾਉਣਾ ਸ਼ੁਰੂ ਕਰਤਾ, ਪਿੰਡ ਦੇ ਬੰਦਿਆਂ ਨੂੰ ਲਿਆ ਨਾਲ, ਅਤੇ ਇਲਾਕੇ ਦੇ ਬੰਦਿਆਂ ਨੂੰ ਨਾਲ ਲੈ ਕੇ, ਅਤੇ ਅਸੀਂ ਟੂਰਨਾਮੈਂਟ ਕਰਾਉਣਾ ਸ਼ੁਰੂ ਕੀਤਾ, ਅਤੇ ਸਾਰੇ ਪਿੰਡਾਂ ਨੇ, ਮੇਰੇ ਪਿੰਡ ਨੇ, ਮੱਖਣ ਪੱਲਣਹਣੀ, ਬੰਕਾ ਧਾਲੀਵਾਲ, ਗੋਪੀ ਜੌਹਲ, ਹੈਪੀ ਕੰਗਣੀਵਾਲ ਵਾਲੇ ਆਣੇ, ਸਾਰਿਆਂ ਨਾਲ ਰਲ ਕੇ ਸਾਡਾ ਸਾਥ ਕੀਤਾ, ਸਾਥ ਦਿੱਤਾ, ਅਤੇ ਅਸੀਂ ਉਸ 4 ਸਾਲ ਦੇ ਵਿੱਚ ਮੇਰੇ ਖਿਆਲ ਨਾਲ ਅਸੀਂ ਦੁਆਬੇ ਦਾ ਵਧੀਆ ਟੂਰਨਾਮੈਂਟ ਬਣਾ ਚੁੱਕੇ ਹਾਂ 4 ਸਾਲਾਂ 'ਚ। ਬਿਲਕੁਲ ਜਤਿੰਦਰ, ਮੈਨੂੰ ਯਾਦ ਆ, ਚੇਤੇ ਆ, 2015 ਦੇ ਵਿੱਚ ਮੈਂ ਇੱਥੇ ਟੀਮ ਖਿਡਾਉਣ ਆਇਆ ਸੀਗਾ, ਅਤੇ ਉਦੋਂ ਪ੍ਰੋਫੈਸਰ ਮੱਖਣ ਸਿੰਘ ਹੋਰੀ ਕਮੈਂਟਰੀ ਕਰ ਰਹੇ ਸੀ, ਅਤੇ ਉਹਨਾਂ ਨੇ ਜਿਹੜੀ ਉਹ ਸੰਸਥਾ ਬਣੀ ਸੀ ਜੰਡਿਆਲੇ ਮੰਝਕੀ ਦੇ ਪੂਰੇ ਇਲਾਕੇ ਦੇ ਜਿਹੜੇ ਸਪੋਰਟਸ ਨੂੰ ਪ੍ਰੇਮ ਪਿਆਰ ਕਰਨ ਵਾਲੇ ਜਿਹੜੇ ਸਪੋਰਟਸ ਪ੍ਰੇਮੀ ਸੀਗੇ, ਉਹਨਾਂ ਸਾਰਿਆਂ ਨੇ ਮਿਲ ਕੇ ਇੱਕ ਸੰਸਥਾ ਬਣਾਈ ਸੀ, ਜੋ ਕਿ ਤੁਸੀਂ ਜ਼ਿਕਰ ਕੀਤਾ ਵੀ ਉਹਦੀ ਸ਼ੁਰੂਆਤ ਜਿਹੜਾ ਮੁੱਢ ਸੀਗਾ ਉਹ ਤੁਸੀਂ ਬੰਨਿਆ ਸੀਗਾ, ਅਤੇ
ਉਹ ਸੰਸਥਾ ਨੇ ਬੜੇ ਵਧੀਆ ਕੰਮ ਕੀਤੇ ਨੇ ਸਪੋਰਟਸ ਦੇ ਲਈ, ਉਹਨਾਂ ਗੱਲਾਂ ਦਾ ਵੀ ਜ਼ਿਕਰ ਕਰਾਂਗੇ। ਪਰ ਹੁਣ ਜ਼ਿਕਰ ਕਰਦੇ ਹਾਂ ਵੀ ਤੁਸੀਂ 2011 ਤੋਂ ਜਿਹੜਾ ਕਬੱਡੀ ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਸੀ, ਹਾਂਜੀ, ਤੇ ਤੁਸੀਂ USA ਕਿਹੜੇ ਸਾਲ ਦੇ ਵਿੱਚ ਗਏ ਸੀ? ਮੈਂ 2006 ਦੇ ਵਿੱਚ USA ਗਿਆ ਸੀ। ਉਦੋਂ ਕਿੰਨੀ ਉਮਰ ਸੀਗੀ ਤੁਹਾਡੀ? 21 ਸਾਲ ਦੀ ਸੀ। ਓਕੇ, ਤੇ ਦੋਸਤੋ ਇਹੀ ਕਾਰਨ ਆ ਜਿਹੜਾ ਮੈਂ ਕਿਹਾ ਸੀਗਾ ਵੀ ਨੌਜਵਾਨ ਪ੍ਰਮੋਟਰ ਨੂੰ ਜਿਸਨੇ ਕਿ ਛੋਟੀ ਉਮਰ 'ਚ ਵੱਡੀਆਂ ਪਲਾਂਘਾਂ ਪੱਟ ਲਈਆਂ ਨੇ, ਕਿਉਂਕਿ 2006 'ਚ 21 ਸਾਲ ਦੀ ਉਮਰ ਦੇ ਵਿੱਚ ਜਤਿੰਦਰ ਹੋਰੀ US ਗਏ, ਅਤੇ 2011 ਭਾਵ 26 ਸਾਲ ਦੀ ਉਮਰ ਦੇ ਵਿੱਚ ਆ ਕੇ ਇਹਨਾਂ ਨੇ ਮਾਂਗਿਲ ਕਬੱਡੀ ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ, ਅਤੇ ਉਹ ਨਿਰੰਤਰ ਜਾਰੀ ਆ, ਅਤੇ ਦਿਨੋਂ ਦਿਨ ਇਹਨਾਂ ਦਾ ਜਿਹੜਾ ਪ੍ਰਮੋਟ ਕਰਨ ਦਾ ਬਜਟ ਆ ਉਹ ਵੱਧਦਾ ਜਾ ਰਿਹਾ ਹੈ। ਅਤੇ ਹੁਣ ਤੱਕ ਤੁਸੀਂ ਜਤਿੰਦਰ ਕਿੰਨੇ ਟੂਰਨਾਮੈਂਟਾਂ ਦੇ ਪ੍ਰਾਈਜ਼ ਦੇ ਦਿੰਦੇ ਹੋ ਜਾਂ ਕਿੰਨੇ ਮੋਟਰਸਾਈਕਲ ਨੇ ਜਿਹੜੇ ਮਾਨ ਸਨਮਾਨ ਵਜੋਂ ਦੇ ਚੁੱਕੇ ਹੋ? 3 ਮੋਟਰਸਾਈਕਲ ਐਤਕੀ ਦਾ NRI ਨਕੋਦਰ ਟੀਮ ਦੇ ਪਲੇਅਰਾਂ ਨੂੰ ਇਸ ਸਾਲ ਦਿੱਤੇ ਆ, ਅਤੇ ਜਿੱਦਾਂ ਪਿਛਲੇ ਸਾਲ ਸੈਂਟਰ ਵੈਲੀ ਕਲੱਬ ਦਾ ਸੰਦੀਪ ਗੁਰਦਾਸਪੁਰੀ ਆ ਕੋਚ ਆ, ਉਹ ਮੇਰਾ ਵਧੀਆ ਪਲੇਅਰ ਲੱਗਦਾ ਮੈਨੂੰ, ਉਹਦਾ ਆਪਣੇ ਜੰਡਿਆਲੇ ਟੂਰਨਾਮੈਂਟ 'ਤੇ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਸੀ, ਅਤੇ ਪਿਛਲੇ ਸਾਲ ਰਿੰਕ ਆ ਮੌਸਮ ਕਮੈਂਟਰ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਸੀ। 15 ਦੇ ਵਿੱਚ ਪ੍ਰੋਫੈਸਰ ਮੱਖਣ ਸਿੰਘ ਹਕੀਮਪੁਰ ਵਾਲੇ ਅੰਕਲ ਜੀ ਦਾ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਸੀ। ਇਸ ਵਾਰ ਮੈਂ ਆਪਣੇ ਸੁੱਖੇ ਵੀਰ ਚੱਕਾਂ ਵਾਲੇ ਨਾਲ ਰਲ ਕੇ ਬਸੰਤ ਬਾਜਾ ਖਾਨੇ ਦਾ ਆਲਟੋ ਕਾਰ ਨਾਲ ਸਨਮਾਨਿਤ ਕੀਤਾ, ਅਤੇ ਪਿਛਲੇ ਸਾਲ ਪੀਤਾ ਮੁੰਡਾ ਸਾਡੇ ਪਿੰਡ ਦਾ ਵੇਟ ਦੀ ਕਬੱਡੀ ਖੇਡਦਾ ਜਿੱਦਾਂ 60-65 ਕਿਲੋ ਦੀ, ਕਿਉਂਕਿ ਇੱਕੋ ਹੀ ਪਲੇਅਰ ਪਿੰਡ ਦਾ ਸੀ ਤਾਂ ਉਹਦਾ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ। ਪ੍ਰਦੀਪ ਕਾਰੀ ਸਾਰੀ ਦਾ ਮੋਟਰਸਾਈਕਲ ਦੇ ਨਾਲ ਸਨਮਾਨਿਤ ਕੀਤਾ, ਅਤੇ ਮੇਰਾ ਕਜ਼ਨ ਵੇਟ ਲਿਫਟਿੰਗ ਕਰਦਾ ਉਹਦਾ ਵੀ ਅਸੀਂ ਸਨਮਾਨਿਤ ਕੀਤਾ, ਉਹਦਾ 1.5 ਲੱਖ ਦੇ ਚੈੱਕ ਦੇ ਕੇ ਉਹਦਾ ਸਨਮਾਨਿਤ ਕੀਤਾ, ਕਿਉਂਕਿ ਉਹ ਪਾਕਿਸਤਾਨ ਤੋਂ ਗੋਲਡ ਮੈਡਲ ਲੈ ਕੇ ਆਇਆ ਸੀ। ਬਿਲਕੁਲ ਦੋਸਤੋ, ਕਿਉਂਕਿ ਇਸ ਸਾਲ ਜਿਹੜਾ ਕਮੈਂਟਰੇਟਰਸ ਦੇ ਵਿੱਚੋਂ ਕਾਫੀ ਵੱਡਾ ਮਾਨ ਸਨਮਾਨ ਹੋਇਆ ਹੈ, ਉਹ ਹੋਇਆ ਬਸੰਤ ਬਾਜਾ ਖਾਨਾ ਦਾ, ਜਿਸ ਦਾ ਕਿ ਮਾਨ ਸਨਮਾਨ ਕੀਤਾ ਜਤਿੰਦਰ ਜੌਹਲ ਹੋਰਾਂ ਨੇ ਆਪਣੇ ਰਿਸ਼ਤੇਦਾਰ ਅਤੇ ਦੋਸਤ ਸੁੱਖੇ ਚੱਕਾਂ ਵਾਲੇ ਦੇ ਨਾਲ ਮਿਲ ਕੇ ਜੰਗਿਆਲਾ ਮੰਝਕੀ ਦੇ ਕਬੱਡੀ ਕੱਪ 'ਤੇ ਕਾਫੀ ਵੱਡਾ ਮਾਨ ਸਨਮਾਨ ਕੀਤਾ। ਇਸ ਦੇ ਲਈ ਅਸੀਂ ਬਸੰਤ ਹੋਰਾਂ ਨੂੰ ਮੁਬਾਰਕਬਾਦ ਦਿੰਦੇ ਹਾਂ, ਅਤੇ ਜਤਿੰਦਰ ਹੋਰਾਂ ਦਾ ਅਤੇ ਸੁੱਖੇ ਹੋਰਾਂ ਦਾ ਧੰਨਵਾਦ ਕਰਦੇ ਹਾਂ ਵੀ ਜਿਨ੍ਹਾਂ ਨੇ ਇਸ ਮਾਨ ਸਨਮਾਨ ਦੇ ਨਾਲ ਆਲਟੋ ਗੱਡੀ ਦੇ ਨਾਲ ਸਨਮਾਨ ਦੇ ਕੇ ਬਸੰਤ ਬਾਜੇ ਖਾਨਾ ਹੋਰਾਂ ਨੂੰ ਨਵਾਜਿਆ। ਅਤੇ ਇਹਨਾਂ ਮਾਨ ਸਨਮਾਨ ਤੋਂ ਬਿਨਾਂ ਹੋਰ ਵੀ ਤੁਸੀਂ ਟੂਰਨਾਮੈਂਟਸ ਦੇ ਉੱਪਰ ਆਪਣੇ ਕਬੱਡੀ ਦੇ ਟੂਰਨਾਮੈਂਟ ਦੇ ਜਿੱਦਾਂ ਪਹਿਲਾ ਨਾਮ ਦੂਜਾ ਨਾਮ ਇਸ ਤਰ੍ਹਾਂ ਦਿੰਦੇ ਹੋ? ਹਾਂਜੀ, ਮੈਂ ਆਪਣੇ ਨਾਨਕੇ ਪਿੰਡ ਆਪਣੇ ਨਾਨੇ ਦੀ ਯਾਦ ਦੇ ਵਿੱਚ ਟੂਰਨਾਮੈਂਟ ਹੁੰਦਾ, ਉੱਥੇ ਗੋਲਡਨ ਕਬੱਡੀ ਕੱਪ ਹੁੰਦਾ, ਅਤੇ ਉੱਥੇ ਜ਼ਿਆਦਾ ਕੱਪ ਸ਼ੁਰੂ ਹੋਇਆ 4 ਸਾਲ ਤੋਂ, ਉੱਥੇ ਫਸਟ ਪ੍ਰਾਈਜ਼ ਮੇਰਾ ਹੀ ਹੁੰਦਾ, ਮੈਂ 4 ਸਾਲ ਤੋਂ ਉਹਨਾਂ ਨੂੰ ਫਸਟ ਪ੍ਰਾਈਜ਼ ਦੇ ਰਿਹਾ। ਬਿਲਕੁਲ ਦੋਸਤੋ, ਛੋਟੇ ਰੁੜਕੇ ਵਿਖੇ ਆਪਣੇ ਨਾਨਾ ਜੀ ਦੀ ਯਾਦ ਦੇ ਵਿੱਚ ਜਿਹੜਾ ਟੂਰਨਾਮੈਂਟ ਕਰਵਾਉਂਦੇ ਨੇ ਇਹਨਾਂ ਦੇ ਮਾਮਾ ਜੀ ਕਾਲੇ ਟ੍ਰੇਸੀ ਹੋਰੀ, ਜੋ ਕਿ USA ਦੇ ਨਾਮੀ ਪ੍ਰਮੋਟਰ ਨੇ, ਉੱਥੇ ਵੀ ਜਤਿੰਦਰ ਹੋਰੀ ਜਿਹੜਾ ਪਹਿਲਾ ਨਾਮ ਆ ਪਿਛਲੇ 4 ਸਾਲ ਤੋਂ ਦਿੰਦੇ ਆ ਰਹੇ ਆ, ਅਤੇ ਕਾਫੀ ਮਸ਼ਹੂਰ ਪਿੰਡ ਆ ਜਿਹੜਾ ਛੋਟਾ ਰੁੜਕਾ ਹੈ, ਕਿਰਾਇਆਂ ਦੇ ਲਾਗੇ ਰਹਿੰਦਾ, ਸਪੈਸ਼ਲੀ ਵੇਟ ਲਿਫਟਰਾਂ ਦੇ ਪਿੰਡ ਦੇ ਕਰਕੇ ਕਾਫੀ ਮਸ਼ਹੂਰ ਆ ਉਹ ਦੁਆਬੇ ਦਾ ਨਗਰ। ਅਤੇ ਜਿਹੜੇ ਹੁਣ ਟੂਰਨਾਮੈਂਟ ਦੀ ਗੱਲ ਦੇ ਵਿੱਚੋਂ ਤੁਹਾਡੇ ਮਾਮਾ ਜੀ ਦਾ ਜ਼ਿਕਰ ਹੋਇਆ ਹੈ, ਅਤੇ ਕਾਲੇ ਟ੍ਰੇਸੀ ਹੋਰੀ ਨੇ ਜਿਹੜੇ ਉਹ ਸੈਂਟਰਲ ਵੈਲੀ ਦੇ ਜਿਹੜੇ ਕਹਿ ਦਈਏ ਮੇਨ ਅਹੁਦੇਦਾਰਾਂ ਦੇ ਵਿੱਚੋਂ ਇੱਕ ਨੇ, ਹਾਂਜੀ, ਉਹਨਾਂ ਦੇ ਨਾਲ ਮਿਲ ਕੇ ਆਪਣੇ ਨਾਨਕੇ ਰੁੜਕੇ ਖੁਰਦ ਵਿਖੇ ਪਹਿਲਾ ਨਾਮ ਦਿੰਦੇ ਹੋ, ਅਤੇ ਤੁਹਾਡੇ ਮਾਮਾ ਜੀ ਤਾਂ ਸੈਂਟਰਲ ਵੈਲੀ ਦੇ ਜਿਹੜੇ ਮੇਨ ਅਹੁਦੇਦਾਰਾਂ ਵਿੱਚੋਂ ਇੱਕ ਨੇ, ਅਤੇ ਉੱਥੇ ਤੁਸੀਂ ਮਦਦ ਨਾ ਦਿਓ ਇਹ ਤਾਂ ਹੋ ਹੀ ਨਹੀਂ ਸਕਦਾ, ਉੱਥੇ ਵੀ ਮਦਦ ਦਿੰਦੇ ਹੋ? ਹਾਂਜੀ, ਅਸੀਂ ਉੱਥੇ ਵੀ ਉਹਨਾਂ ਦੀ ਮਦਦ ਕਰੀ ਦੀ ਆ, ਅਤੇ ਅਸੀਂ ਵਧੀਆ ਟੀਮ ਬਣਾਉਣ ਦਾ ਯਤਨ ਕਰੀ ਦਾ, ਐਤਕੀ ਵੀ ਅਸੀਂ ਮਾਮਾ ਜੀ ਨਾਲ ਰਲ ਕੇ ਇੰਡੀਆ 'ਚ ਵਧੀਆ ਪਲੇਅਰ ਲੱਭ ਰਹੇ ਆ। ਅਤੇ ਉਹ ਜਿਹੜੀ ਟੀਮ ਆ ਉਸ ਦੇ ਵਿੱਚ ਤੁਹਾਡੇ ਪਿਛਲੇ ਸਾਲ ਕਿਹੜੇ ਕਿਹੜੇ ਪਲੇਅਰ ਖੇਡੇ ਸੀਗੇ ਸੈਂਟਰ ਵੈਲੀ ਵਿੱਚ? ਬਿਲ ਸੁੱਖਾ ਪੰਡਾਲ, ਕਾਲਮਾਲਾ ਭਲਵਾਨ, ਅਤੇ ਬਾਨਾ, ਅਤੇ ਮੰਨਾ ਲਾਲਪੁਰੀਆ, ਮੀਕ, ਅਤੇ ਗਗਨ ਜੋਗੇ ਵਾਲੀਆ, ਇਹ ਖੇਡੇ ਸੀ। ਬਿਲਕੁਲ ਦੋਸਤੋ, ਸੈਂਟਰ ਵੱਲੀ ਵੈਲੀ ਵੱਲੋਂ ਖੇਡਦੇ ਹੋਏ ਮੰਨੇ ਲਾਲਪੁਰੀ ਨੇ 2 ਵਾਰ ਅਮੈਰੀਕਾ ਦੇ ਵਿੱਚ ਬੈਸਟ ਟ੍ਰੇਡਰ ਬਣਨ ਦਾ ਮਾਣ ਹਾਸਲ ਕੀਤਾ ਸੀ, ਅਤੇ ਸੈਂਟਰ ਵੈਲੀ ਦੀ ਝੋਲੀ ਵਿੱਚ ਉਹ ਕੱਪ ਜਿੱਤ ਕੇ ਪਾਏ ਸੀ, ਜੋ ਕਿ ਬਹੁਤ ਹੀ ਮਤਲਬ ਸਖਤ ਕੰਪੀਟੀਸ਼ਨ ਦੇ ਵਿੱਚੋਂ, ਕਿਉਂਕਿ ਸਾਰੀ ਦੁਨੀਆ ਦੇ ਨਾਮੀ ਖਿਡਾਰੀ ਸੀ ਜਿਹੜੇ ਉਸ ਵੇਲੇ USA ਦੇ ਵਿੱਚ ਖੇਡ ਰਹੇ ਸੀ, ਅਤੇ ਉਹ ਸੈਂਟਰ ਵੈਲੀ ਦੀ ਟੀਮ ਨੂੰ ਆਪਣੇ ਮਾਮਾ ਜੀ ਦੇ ਨਾਲ ਮਿਲ ਕੇ ਸਪੋਂਸਰ ਕਰਦੇ ਨੇ ਜਤਿੰਦਰ ਹੋਰੀ। ਅਤੇ ਜਤਿੰਦਰ, ਇਹ ਤਾਂ ਮਾਖਿੜ ਕਬੱਡੀ ਦੀ ਗੱਲ ਆ, ਤੁਹਾਡੇ ਪਿੰਡ ਦੇ ਵਿੱਚ ਹੋਰ ਵੀ ਕਾਫੀ ਖਿਡਾਰੀ ਹੋਣਗੇ ਜਿਹੜੇ ਹੋਰ ਖੇਡਾਂ ਦੇ ਨਾਲ ਸੰਬੰਧਿਤ ਹੋਣਗੇ, ਤੁਸੀਂ ਉਹਨਾਂ ਦੀ ਵੀ ਕਬੱਡੀ ਖਿਡਾਰੀਆਂ ਵਾਂਗੂ ਹੀ ਮਦਦ ਕਰਦੇ ਹੋ? ਹਾਂਜੀ, ਜਿੱਦਾਂ ਮੁੰਡਾ ਪ੍ਰਦੀਪ ਸਿੰਘ ਮੇਰਾ ਕਜ਼ਨ ਹੀ ਆ, ਉਹ ਵੇਟ ਲਿਫਟਿੰਗ ਦੇ ਵਿੱਚ ਬਹੁਤ ਵਧੀਆ ਵਧੀਆ ਸੀ, ਅਤੇ ਪਾਕਿਸਤਾਨ ਤੋਂ 3 ਵਾਰੀ ਗੋਲਡ ਮੈਡਲ ਲੈ ਕੇ ਆਇਆ, ਪੋਰਟਲੈਂਡ ਤੋਂ ਗੋਲਡ ਮੈਡਲ ਲੈ ਕੇ ਆ, ਹੁਣ ਇਸ ਵੇਲੇ ਉਹਨੂੰ ਰੇਲਵੇ ਦੀ ਜੋਬ ਮਿਲ ਗਈ ਆ, DTT ਦੀ,
ਟੂ ਯੰਗ ਆ, 94 ਦਾ ਬੋਰਨ ਆ, ਪਰ ਉਸਨੇ ਆਪਣਾ ਸਾਡੇ ਜੰਡਿਆਲੇ ਦਾ ਨਹੀਂ ਸਾਰੇ ਇਲਾਕੇ ਦਾ ਨਾਂ ਉੱਚਾ ਕੀਤਾ। ਅਤੇ ਜਦੋਂ ਫਸਟ ਟਾਈਮ ਗੋਲਡ ਮੈਡਲ ਲੈ ਕੇ ਆਇਆ ਸੀ ਮੈਂ ਸਪੈਸ਼ਲ ਅਮੈਰੀਕਾ ਤੋਂ ਆ ਕੇ, ਕਿਉਂਕਿ ਉਦੋਂ ਗੌਰਮੈਂਟ ਨੇ ਕੁਛ ਪਿੰਡ ਵਾਲਿਆਂ ਨੇ ਸਾਡੀ ਉਹਦੀ ਕੋਈ ਹੈਲਪ ਨਹੀਂ ਕੀਤੀ, ਮੈਂ ਸਪੈਸ਼ਲ ਆ ਕੇ ਉਹਨੂੰ ਸਮਾਂਤ ਕਰਕੇ ਮੈਂ ਅਤੇ ਪ੍ਰਗਟ ਭਾਅ ਜੀ ਨੇ ਸਮਾਂਤ ਕੀਤਾ ਸੀ 1.5 ਲੱਖ ਰੁਪਏ ਨਾਲ। ਬੜੀ ਖੁਸ਼ੀ ਦੀ ਗੱਲ ਆ ਅਤੇ ਪਰਿਵਾਰ ਦੇ ਲਈ ਬੜੀ ਫਖਰ ਵਾਲੀ ਗੱਲ ਆ ਵੀ ਜਤਿੰਦਰ ਹੋਰਾਂ ਦੇ ਪਰਿਵਾਰ ਦੇ ਵਿੱਚੋਂ ਇਹਨਾਂ ਦਾ ਜਿਹੜਾ ਭਤੀਜਾ ਹੈ ਉਹ ਇਸ ਵੇਲੇ ਇੰਡੀਆ ਦੀ ਰਿਪ੍ਰੈਜੈਂਟੇਸ਼ਨ ਕਰਕੇ ਜੋਬ ਲੈ ਕੇ TT ਦੀ ਪੋਸਟ ਦੇ ਉੱਪਰ ਬੈਠਾ ਹੈ, ਅਤੇ ਸੁੱਖੇ ਹੋਰਾਂ ਨੇ ਜਤਿੰਦਰ ਹੋਰਾਂ ਨੇ ਆਪਣੇ ਉਸ ਭਤੀਜੇ ਦੀ ਉਸ ਵੇਲੇ ਮਦਦ ਕੀਤੀ ਜਦੋਂ ਉਸਦੀ ਕਿਸੇ ਨੇ ਬਾਂਹ ਨਹੀਂ ਸੀ ਫੜੀ, ਸਰਕਾਰ ਨੇ ਵੀ ਉਹਦੀ ਕੋਈ ਪੁੱਛ ਨਹੀਂ ਸੀ ਕੀਤੀ ਅਤੇ ਹੋਰ ਵੀ ਕਿਸੇ ਨੇ ਨਹੀਂ ਸੀ ਕੀਤੀ, ਤਾਂ ਜਤਿੰਦਰ ਹੋਰਾਂ ਨੇ 1.5 ਲੱਖ ਰੁਪਈਆ ਦੇ ਕੇ ਉਹਨੂੰ ਨਵਾਜਿਆ ਅਤੇ ਸਰਦਾਰ ਪ੍ਰਗਟ ਸਿੰਘ ਦੇ ਹੱਥੋਂ ਉਸਦਾ ਮਾਨ ਸਨਮਾਨ ਕਰਵਾਇਆ। ਅਤੇ ਇਸ ਦੇ ਲਈ ਵੀ ਅਸੀਂ ਤੁਹਾਡੇ ਅਸੀਂ ਧੰਨਵਾਦ ਕਰਦੇ ਹਾਂ ਵੀ ਤੁਸੀਂ ਕਬੱਡੀ ਦੇ ਨਾਲ ਨਾਲ ਹੋਰ ਖੇਡਾਂ ਦਾ ਵੀ ਜਿਹੜਾ ਬਰਾਬਰ ਦਾ ਹੀ ਮਾਨ ਸਨਮਾਨ ਕਰਦੇ ਹੋ। ਅਤੇ ਹੁਣ ਅਸੀਂ ਗੱਲ ਕਰਾਂਗੇ ਕਜ਼ਨ ਦੀ ਗੱਲ ਚੱਲੀ ਹੈ ਤਾਂ ਪਿੰਡ ਦੀ ਗੱਲ। ਹਾਂਜੀ, ਜਿੱਦਾਂ ਤੁਸੀਂ ਕਬੱਡੀ ਦੇ ਉੱਪਰ ਇੰਨਾ ਪੈਸਾ ਖਰਚ ਕਰਦੇ ਹੋ, ਕੀ ਤੁਹਾਡੇ ਪਿੰਡ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕੋਈ ਥਾਵਾਂ ਜਾਂ ਕੋਈ ਇਸ ਤਰ੍ਹਾਂ ਦੇ ਸਮਾਜ ਦੇ ਕੰਮ ਨੇ ਜਿੱਥੇ ਤੁਸੀਂ ਪੈਸਾ ਖਰਚਦੇ ਹੋ? ਹਾਂਜੀ, ਜਿੱਦਾਂ ਪਿੰਡ 'ਚ ਕੋਈ ਵੀ ਧਾਰਮਿਕ ਪ੍ਰੋਗਰਾਮ ਹੋਵੇ, ਚਾਹੇ ਜਗਰਾਤਾ ਹੋਵੇ, ਚਾਹੇ ਆਪਣੇ ਗੁਰਦੁਆਰੇ ਪ੍ਰੋਗਰਾਮ ਹੋਵੇ, ਕਿਸੇ ਵੀ ਧਰਮ ਦਾ ਕੋਈ ਪ੍ਰੋਗਰਾਮ ਹੋਵੇ, ਮੇਰੀ ਪੱਕੀ ਡਿਊਟੀ ਪਿੰਡ ਵਾਲੇ ਲਾਈ ਹੋਈ ਆ, ਤੁਸੀਂ ਲੰਗਰ ਦੀ ਸੇਵਾ ਤੁਸੀਂ ਕਰਨੀ, 10 ਪ੍ਰੋਗਰਾਮ ਹੋ ਜਾਣ, 15 ਹੋ ਜਾਣ, ਲੰਗਰ ਅਸੀਂ ਉੱਥੇ ਹਰ ਸਾਲ ਲਾਈਦਾ। ਅਤੇ ਇਸ ਤੋਂ ਇਲਾਵਾ ਜਿੱਦਾਂ ਸਾਡੇ ਅਨੇਕਾਂ NRI ਭਰਾ ਨੇ ਜਿਹੜੇ ਆਪਣੇ ਪਿੰਡ ਦੇ ਵਿੱਚ ਹੋਰ ਵੀ ਬਹੁਤ ਸਾਰੇ ਕਾਰਜ ਕਰਦੇ ਨੇ, ਬਈ ਗਰੀਬ ਕੁੜੀਆਂ ਦੇ ਵਿਆਹ ਕਰਨੇ ਜਾਂ ਹੋਰ ਲੋੜਵੰਦ ਦੀ ਮਦਦ ਕਰਨੀ, ਇੱਦਾਂ ਦੇ ਵੀ ਤੁਸੀਂ? ਹਾਂਜੀ, ਜਿੱਦਾਂ ਆਪਾਂ 5 ਤੋਂ 6 ਵਿਆਹ ਹਰ ਸਾਲ ਕਰੀਦੇ ਆ ਲੋੜਵੰਦ ਪਰਿਵਾਰਾਂ ਦੇ, ਅਤੇ ਜਿੱਦਾਂ ਪੈਲਸ ਵਿੱਚ ਹੀ ਕਰੀਦੇ ਆ ਜਿੱਦਾਂ। ਅੱਛਾ ਜੀ, ਹਾਂਜੀ। ਅਤੇ ਉਹ ਪੈਲਸ ਦੇ ਵਿੱਚ ਹੀ ਕਿਉਂ? ਕਿਉਂਕਿ ਪੈਲਸ ਦੇ ਵਿੱਚ ਤਾਂ ਅੱਜ ਕੱਲ੍ਹ ਇੰਨੇ ਖਰਚੇ ਨੇ ਵੀ ਕਈ ਵਾਰ ਅਸੀਂ ਆਪਣੇ ਪਰਿਵਾਰ ਦਾ ਵਿਆਹ ਵੀ ਪੈਲਸ ਦੇ ਵਿੱਚ ਕਰਨ ਤੋਂ ਕਤਰਾਉਂਦੇ ਹਾਂ। ਜਿੱਦਾਂ ਮੈਂ ਇੱਥੇ ਕਿਸੇ ਸਥਾਨ 'ਤੇ ਗਿਆ ਸੀ ਗੁਰਦੁਆਰੇ, ਉੱਥੇ ਗਰੀਬ ਕੁੜੀਆਂ ਦੇ ਵਿਆਹ ਕਰ ਰਹੇ ਸੀ, ਮੈਨੂੰ ਇੱਥੋਂ ਇਹ ਲੱਗਾ ਉਹਨੇ ਮਾਈਕ ਲੈ ਕੇ ਕਿਹਾ ਅਸੀਂ ਗਰੀਬ ਕੁੜੀਆਂ ਦੇ ਵਿਆਹ ਕਰ ਰਹੇ, ਉਹ ਤਾਂ ਉਹਨਾਂ ਨੂੰ ਸੱਦ ਕੇ ਉਹਨਾਂ ਦੇ ਰਿਸ਼ਤੇਦਾਰੀ ਵਿੱਚ ਕੀ ਵਿਚਾਰੇ, ਇੱਕ ਮੈਂ ਗੁੱਡ ਫੀਲ ਨਹੀਂ ਕੀਤਾ। ਇਸ ਕਰਕੇ ਉਸ ਦਿਨ ਤੋਂ ਸੋਚਿਆ ਜੇ ਕਰਨਾ ਤਾਂ ਉਹਨਾਂ ਨੂੰ ਪੈਸੇ ਨਹੀਂ ਦੇਣੇ, ਆਪਣੇ ਜਿੰਨਾ ਵੀ ਸਰੋ ਥੋੜ੍ਹਾ ਕਰ ਲਓ, ਉਹਨਾਂ ਦਾ ਚੰਗੇ ਤਰੀਕੇ ਨਾਲ ਕਰੋ, ਅਗਲੇ ਦੇ ਰਿਸ਼ਤੇਦਾਰ ਨੂੰ ਮਹਿਸੂਸ ਨਾ ਹੋਵੇ ਸਾਡੀ ਬੱਚੀ ਦਾ ਵਿਆਹ ਇੱਦਾਂ ਹੋਇਆ। ਵੀ ਜਿਹੜੀ ਉਹਨਾਂ ਦੀ ਬੱਚੀ ਦਾ ਵਿਆਹ ਹੈ ਵੀ ਉਹ ਕਿਸੇ ਮਦਦ ਦੇ ਨਾਲ ਹੋਇਆ, ਮਤਲਬ ਉਹਨਾਂ ਨੂੰ ਆਪਣੀ ਜਿਹੜੀ ਗਰੀਬੀ ਆ ਉਹਦੇ ਤੇ ਹੀਣਤਾ ਨਾ ਮਹਿਸੂਸ ਹੋਵੇ ਤੇ ਕੋਈ ਕਮੀ ਨਾ ਮਹਿਸੂਸ ਹੋਵੇ, ਉਹਨਾਂ ਦੇ ਦਿਲ ਨੂੰ ਠੇਸ ਨਾ ਪਹੁੰਚੇ, ਇਹ ਸੋਚ ਨੂੰ ਲੈ ਕੇ ਤੁਸੀਂ ਮਤਲਬ ਘਰ ਚ ਕਰ ਲਓ, ਪੈਲਸ ਚ ਕਰਨਾ ਤੁਹਾਡੀ ਮਰਜ਼ੀ ਹੈ, ਤੁਹਾਡੀ ਮਰਜ਼ੀ ਹੈ। ਹਾਂਜੀ, ਮਤਲਬ ਸਮਾਜ ਦੇ ਵਿੱਚ ਇਹ ਮਹਿਸੂਸ ਨਾ ਜਾਵੇ ਤੇ ਉਹ ਪਰਿਵਾਰ ਨੂੰ ਇਹ ਅਹਿਸਾਸ ਨਾ ਹੋਵੇ ਵੀ ਅਸੀਂ ਸਾਰੀਆਂ ਸੰਸਾ ਬਹੁਤ ਵਿਆਹ ਕਰਦੀਆਂ ਇੱਥੇ, ਪਰ ਉਦੋਂ ਬਹੁਤ ਬੁਰਾ ਲੱਗਦਾ ਜਦੋਂ ਉਹ ਕਹਿੰਦੇ ਸੀ ਲੋੜਵੰਦ ਪਰਿਵਾਰ ਦਾ ਕੀਤਾ, ਇਹ ਕਰ ਨਹੀਂ ਸਕਦੇ ਸੀ, ਠੀਕ ਆ ਵੱਡੀਆਂ ਵੱਡੀਆਂ ਫਲੈਕਸੀਆਂ ਲਾ ਦਿੰਦੇ ਆ, ਇਹ ਟੂਰਨਾਮੈਂਟ ਤਾਂ ਹੈ ਨਹੀਂ, ਆਪਾਂ ਵਿਆਹਾਂ ਦੀ ਐਡ ਕਰੀਏ, ਬਿਲਕੁਲ 10-12 ਵਿਆਹ ਕਰਦੇ ਆ, ਪਰ ਉਹਨਾਂ ਦੀ ਵੱਡੀਆਂ ਵੱਡੀਆਂ ਐਡੀਆਂ ਫਲੈਕਸੀਆਂ ਬਣ ਕੇ ਅੱਡਿਆਂ 'ਚ ਲੱਗੀਆਂ ਹੁੰਦੀਆਂ, ਆਪਣੀਆਂ ਫੋਟੋਆਂ 'ਚ ਮਕਾਈਆਂ ਹੁੰਦੀਆਂ, ਉਹਨੂੰ ਮੈਨੂੰ ਫੀਲ ਗੁੱਡ ਨਹੀਂ ਹੋਇਆ। ਉਸ ਕਰਕੇ ਮੈਂ ਚਾਹੁੰਦਾ ਜੇ ਕਰਨਾ ਤੁਸੀਂ ਉਹਨਾਂ ਦਾ ਆਪਣੇ ਦਿਲੋਂ ਕਰੋ, ਤਰੀਕੇ ਨਾਲ ਕਰੋ, ਕਿਸੇ ਨੂੰ ਸਾਹਸ ਨਾ ਕਰੋ ਜਿਹਦਾ ਕੀਤਾ। ਬਹੁਤ ਹੀ ਉੱਚ ਕੋਟੀ ਦੇ ਵਿਚਾਰ ਨੇ ਜੋ ਇੱਕ ਵਧੀਆ ਇਨਸਾਨ ਦੇ ਅੰਦਰ ਹੀ ਹੋ ਸਕਦੇ ਨੇ, ਅਤੇ ਉਹ ਜਤਿੰਦਰ ਹੋਰਾਂ ਨੇ ਸਾਡੇ ਨਾਲ ਸਾਂਝੇ ਕੀਤੇ। ਬਿਲਕੁਲ ਦੋਸਤੋ, ਕਿਉਂਕਿ ਗਰੀਬ ਦੀ ਲੜਕੀ ਦਾ ਕੰਨਿਆਦਾਨ ਕਰਨਾ ਇੱਕ ਮਹਾਂਦਾਨ ਮੰਨਿਆ ਜਾਂਦਾ, ਪਰ ਉਸਨੂੰ ਇਸ ਗੱਲ ਦਾ ਅਹਿਸਾਸ ਨਾ ਹੋਣ ਦੇਣਾ ਇਹ ਉਸ ਤੋਂ ਵੀ ਵੱਡੀ ਮਹਾਨਤਾ ਵਾਲੀ ਗੱਲ ਆ। ਕਿਉਂਕਿ ਅਕਸਰ ਜਿੱਦਾਂ ਜਤਿੰਦਰ ਹੋਰਾਂ ਨੇ ਆਖਿਆ ਵੀ ਅਸੀਂ ਵੱਡੀਆਂ ਵੱਡੀਆਂ ਫਲੈਕਸਾਂ ਲਾ ਲੈਂਦੇ ਹਾਂ, ਠੀਕ ਆ ਕਿਸੇ ਦਾ ਕੋਈ ਮੰਤਵ ਹੁੰਦਾ, ਕਿਸੇ ਦਾ ਰਾਜਸੀ ਹੁੰਦਾ, ਕਿਸੇ ਦਾ ਕੋਈ ਮੰਤਵ ਹੁੰਦਾ, ਪਰ ਜਿਹੜੀ ਸੱਚੀ ਸੇਵਾ ਹੈ ਉਹ ਇਹੀ ਹੈ ਜਿਸ ਤਰ੍ਹਾਂ ਕਿ ਜਤਿੰਦਰ ਹੋਰਾਂ ਨੇ ਦੱਸਿਆ ਵੀ ਉਹਨਾਂ ਨੂੰ ਕਿਸੇ ਗੱਲ ਦਾ ਅਹਿਸਾਸ ਨਾ ਹੋਵੇ ਅਤੇ ਆਪਣੀ ਅਸੀਂ ਖੁਸ਼ੀ ਦੇ ਲਈ ਸੇਵਾ ਕਰਦੇ ਹਾਂ, ਨਾ ਕਿ ਸਮਾਜ ਦੇ ਵਿੱਚ ਐਡ ਕਰਨ ਦੇ ਲਈ ਆਪਣੇ ਨਾਂ ਦੀ ਕਰਦੇ ਹਾਂ। ਅਤੇ ਇਹ ਬਹੁਤ ਵੱਡੀ ਸੇਵਾ ਹੈ ਜਤਿੰਦਰ, ਅਸੀਂ ਇਸ ਦੇ ਲਈ ਤਾਂ ਸਪੈਸ਼ਲ ਤੁਹਾਡਾ ਥੈਂਕਸ ਕਰਦੇ ਹਾਂ ਆਪਣੇ ਵੱਲੋਂ, ਪਰਸਨਲੀ ਆਪਣੇ ਵੱਲੋਂ ਮੈਂ ਕਰਦਾ ਅਤੇ ਆਪਣੀ ਸਮੁੱਚੀ ਪੰਜਾਬੀ ਲਾਈਵ TV ਦੀ ਟੀਮ ਵੱਲੋਂ ਤੁਹਾਡਾ ਧੰਨਵਾਦ ਕਰਦੇ ਹਾਂ ਵੀ ਇਸ ਤਰ੍ਹਾਂ ਦੇ ਜਿਹੜੇ ਕਾਰਜ ਨੇ ਉਹ ਵੀ ਕਬੱਡੀ ਦੇ ਨਾਲ ਨਾਲ ਤੁਸੀਂ ਜਾਰੀ ਰੱਖੋ, ਅਤੇ ਸਮੁੱਚੇ NRI ਭਰਾਵਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਇਸ ਤਰ੍ਹਾਂ ਦੇ ਕਾਰਜ ਵੀ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਜ਼ਰੂਰ ਕਰਿਆ ਕਰੋ, ਅਤੇ ਜਿੰਨੇ ਜੋਗੇ ਵੀ ਹੈਗੇ ਹੋ ਵੱਧ ਭਾਵੇਂ ਘੱਟ ਜ਼ਰੂਰ ਕਰਿਆ ਕਰੋ। ਅੱਛਾ ਜਤਿੰਦਰ, ਮੈਨੂੰ ਪਤਾ ਲੱਗਿਆ ਵੀ ਤੁਸੀਂ ਕੁੜੀਆਂ ਦੇ ਵਿਆਹ ਤਾਂ ਜਿੱਦਾਂ ਦੱਸਿਆ, ਪਰ ਮੈਨੂੰ ਇਹ ਗੱਲ ਦਾ ਪਹਿਲਾਂ ਪਤਾ ਹੈ ਵੀ ਤੁਸੀਂ ਕੁੜੀਆਂ ਦੀ ਜਿਹੜੀ ਸਮਾਜ ਦੇ ਵਿੱਚ ਇਸ ਵੇਲੇ ਜ਼ਰੂਰਤ ਆ
ਬਿਲਕੁਲ ਦੋਸਤੋ, ਭਰੂਣ ਹੱਤਿਆ ਬਹੁਤ ਵੱਡਾ ਕਲੰਕ, ਇੱਕ ਲਾਹਨਤ ਆ ਸਾਡੇ ਸਮਾਜ ਦੇ ਉੱਪਰ, ਜਿਹੜੀ ਕਿ ਇਸ ਵੇਲੇ ਚੱਲ ਰਹੀ ਆ, ਭਾਵੇਂ ਘੱਟ ਭਾਵੇਂ ਵੱਧ, ਪਰ ਬਹੁਤ ਹੀ ਵੱਡੀ ਲਾਹਨਤ ਆ ਇਹ ਸਾਡੇ ਸਮਾਜ ਦੇ ਉੱਪਰ। ਬੇਸ਼ੱਕ ਅਸੀਂ ਕਿੱਡੇ ਮਰਜ਼ੀ ਇਖਲਾਕੀ ਤੌਰ 'ਤੇ ਜਾਂ ਸਟੇਟਸ ਦੇ ਤੌਰ 'ਤੇ ਬਣ ਜਾਈਏ, ਪਰ ਕੁਛ ਇੱਕ ਇਨਸਾਨੀ ਜਿਹੜੀਆਂ ਕਮੀਆਂ ਨੇ ਸਾਡੇ ਵਿੱਚ ਰਹਿੰਦੀਆਂ ਨੇ, ਜੋ ਕਿ ਮਾੜੀਆਂ ਗੱਲਾਂ, ਮਾੜੀਆਂ ਆਦਤਾਂ ਕਹਿ ਦਈਏ, ਜਾਂ ਆਪਾਂ ਕਹਿ ਦਈਏ ਵੀ ਸਮਾਜਿਕ ਤੌਰ 'ਤੇ ਉਹ ਕਲੰਕ ਕਹਿ ਸਕਦੇ ਹਾਂ, ਉਹਦੇ ਵਿੱਚ ਇੱਕ ਲੜਕੇ ਅਤੇ ਲੜਕੀ ਨੂੰ ਬਰਾਬਰ ਨਾ ਸਮਝਣਾ, ਉਹ ਸਾਡੀ ਸੌਲੀ ਸੋਚ ਆ, ਕਿਉਂਕਿ ਲੜਕੀ ਅਤੇ ਲੜਕਾ ਦੋਵੇਂ ਹੀ ਬਰਾਬਰ ਨੇ। ਅਸੀਂ ਇਹ ਨਹੀਂ ਕਹਿੰਦੇ ਵੀ ਲੜਕਾ ਵੱਧ ਆ ਜਾਂ ਲੜਕੀ ਦੀ ਲੋੜ ਨਹੀਂ ਹੈ, ਤਾਂ ਲੜਕੀ ਆ ਤਾਂ ਲੜਕੇ ਦੀ ਲੋੜ ਨਹੀਂ, ਸਾਨੂੰ ਦੋਵਾਂ ਦੀ ਲੋੜ ਆ, ਤਾਂ ਹੀ ਸਾਡੀਆਂ ਪੀੜ੍ਹੀਆਂ ਅੱਗੇ ਵੱਧ ਸਕਦੀਆਂ ਨੇ। ਅਤੇ ਲੜਕੀ ਹੋਈ ਦੀ ਖੁਸ਼ੀ ਆ ਬਹੁਤ ਘੱਟ ਪਰਿਵਾਰ ਮਨਾਉਂਦੇ ਆ, ਲੜਕੇ ਦੀਆਂ ਲੋਹੜੀਆਂ ਤਾਂ ਅਸੀਂ ਵਿਆਜ 'ਤੇ ਪੈਸੇ ਚੱਕ ਕੇ ਵੀ ਮਨਾ ਲੈਂਦੇ ਹਾਂ, ਪਰ ਕੁੜੀਆਂ ਨੇ ਵਿਚਾਰੀਆਂ ਉਹ ਇਸ ਤਰ੍ਹਾਂ ਹੀ ਰੁੜ ਖੁੱਲ ਜਾਂਦੀਆਂ ਨੇ, ਇੱਦਾਂ ਹੀ ਉਹ ਵਿਚਾਰੀਆਂ ਜਵਾਨ ਹੋ ਜਾਂਦੀਆਂ ਨੇ। ਪਰ ਜਤਿੰਦਰ ਹੋਰੀ ਇੱਕ ਬਹੁਤ ਹੀ ਵੱਡਾ ਕੰਮ ਕਰਦੇ ਆ, ਹਰ ਸਾਲ 100 ਤੋਂ ਲੈ ਕੇ 151 ਲੜਕੀਆਂ ਦੀ ਜਿਹੜੀ ਲੋਹੜੀ ਆ ਪ੍ਰੋਪਰ ਪੈਲਸ ਦੇ ਵਿੱਚ ਮਨਾਉਂਦੇ ਆ, ਉਹਨਾਂ ਦਾ ਉਸੇ ਤਰ੍ਹਾਂ ਲੋਹੜੀ ਦਾ ਫੰਕਸ਼ਨ ਹੁੰਦਾ, ਅਤੇ ਸਿੰਗਰ ਦਾ ਵੀ ਅਰੇਂਜ ਕਰਕੇ ਉਸ ਤਰ੍ਹਾਂ ਹੀ ਪੂਰਾ ਇੰਜੋਏ ਕਰਦੀਆਂ ਨੇ ਉਹ, ਪਰਿਵਾਰ ਦੀਆਂ ਸਾਰੀਆਂ ਫੈਮਿਲੀਆਂ ਉਹ ਕਰਦੀਆਂ ਨੇ। ਉਹ 151 ਲੜਕੀਆਂ ਦੀ ਜਿਹੜੀ ਲੋਹੜੀ ਆ ਉਹ ਵੀ ਹਰੇਕ ਸਾਲ ਮਨਾਉਂਦੇ ਨੇ। ਇਸ 'ਤੇ ਸਾਨੂੰ ਜੋਹਰ ਸਾਹਿਬ, ਉਹ ਜਿਹੜੀ ਆ ਤੁਸੀਂ ਲੋਹੜੀ ਆ ਉਹ ਕਿਉਂ ਮਨਾਉਂਦੇ ਹੋ, ਤੁਹਾਡੇ ਦਿਲ ਦੇ ਵਿੱਚ ਕੀ ਵਿਚਾਰ ਆਇਆ ਸੀ? ਪਿਛਲੇ ਸਾਲ ਮੇਰੇ ਘਰ ਬੇਟੀ ਨੇ ਜਨਮ ਲਿਆ ਨਵੇਂ ਸਾਲ ਵਾਲੇ ਦਿਨ, ਅਤੇ ਇੱਥੋਂ ਪਿੰਡੋਂ ਫੋਨ ਗਿਆ, ਅਤੇ ਮਹੰਤ ਆਪਣੇ ਨੱਚਣ ਆਉਂਦੇ ਆ ਜਿਹਨਾਂ ਨੂੰ ਆਪਾਂ ਹੁਸਰੇ ਕਹਿ ਦਿੰਦੇ ਹਾਂ, ਅਤੇ ਉਹ ਕਹਿੰਦੇ ਜਤਿੰਦਰ ਦੇ ਮੁੰਡਾ ਹੁੰਦਾ ਤਾਂ ਮੁੰਡਾ ਕਹਿੰਦਾ ਸਾਡੀ ਲੋਹੜੀ ਵਧੀਆ, ਉੱਥੋਂ ਤੁਹਾਨੂੰ ਵਧਾਈ ਵਧੀਆ ਮਿਲ ਜਾਣੀ ਸੀ। ਮੇਰੀ ਮੰਮਾ ਨੂੰ ਪਤਾ ਲੱਗਾ, ਉਹ ਉਹਨੇ ਫੋਨ ਕਰਕੇ ਕਿਹਾ ਤੇਰੀ ਵਧਾਈ ਨਹੀਂ ਕਿਤੇ ਵੀ ਜਾਣੀ, ਅਸੀਂ ਸੁੱਖਾਂ ਸੌਖੇ ਕੁੜੀ ਲਈ ਆ, ਨਾ ਇਹਨਾਂ ਦੀ ਭੂਆ ਸੀ ਅਤੇ ਨਾ ਇਹਦੀ ਭੈਣ ਸੀ। ਅਤੇ ਫਿਰ ਮੰਮੀ ਹੁਣੀ ਇੱਥੇ ਆਏ ਅਤੇ ਉਹਨਾਂ ਨੂੰ ਸੱਦ ਕੇ ਵਧਾਈ ਦਿੱਤੀ, ਤਾਂ ਉਹਨਾਂ ਨੂੰ ਵੀ ਮੰਮੀ ਹੁਣੀ ਮਰੂਤੀ ਕਾਰ ਲੈ ਕੇ ਦਿੱਤੀ ਸੀ। ਵੈਰੀ ਗੁੱਡ, ਬਹੁਤ ਹੀ ਮਹਾਨਤਾ ਵਾਲੀ ਗੱਲ ਆ, ਕਿਉਂਕਿ ਅਸੀਂ ਮੁੰਡੇ ਜੰਮੇ ਦੀਆਂ ਤਾਂ ਖੁਸ਼ੀਆਂ ਸਾਰੀ ਮਨਾਈ ਜਾਂਦੇ ਹਾਂ, ਇੰਕਲੂਡਿੰਗ ਮੀ, ਪਰ ਕੁੜੀਆਂ ਦੀ ਖੁਸ਼ੀ ਬਹੁਤ ਘੱਟ ਲੋਕ ਮਨਾਉਂਦੇ ਨੇ, ਅਤੇ ਕਿਸੇ ਦੀ ਜੰਮੀ ਧੀ ਦੀ ਖੁਸ਼ੀ ਮਨਾਉਣੀ ਤਾਂ ਬਹੁਤ ਹੀ ਵੱਡੀ ਗੱਲ ਆ, ਜੋ ਕਿ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈਗੀ, ਅਤੇ ਅਸੀਂ ਦਿਲੋਂ ਇਸ ਚੀਜ਼ ਦਾ ਧੰਨਵਾਦ ਕਰਦੇ ਹਾਂ ਜਤਿੰਦਰ ਹੋਰਾਂ ਦਾ। ਜਤਿੰਦਰ, ਮੈਂ ਇੱਕ ਫੇਸਬੁੱਕ ਦੇ ਉੱਪਰ ਵੀਡੀਓ ਦੇਖਿਆ ਸੀਗਾ, ਤੁਹਾਡੇ ਪਿੰਡ ਦੇ ਜਿਹੜੇ ਸਰਪੰਚ ਸਾਹਿਬ ਸੀਗੇ ਉਹ ਤੁਹਾਡੇ ਬਾਰੇ, ਤੁਹਾਡੀਆਂ ਜੋ ਪਿੰਡ ਦੇ ਵਿਕਾਸ ਦੇ ਲਈ ਕੀਤੀਆਂ ਹੋਈਆਂ ਉਪਲਬਧੀਆਂ ਸੀਗੀਆਂ ਉਹਨਾਂ ਦਾ ਜ਼ਿਕਰ ਕਰਕੇ ਤੁਹਾਡਾ ਧੰਨਵਾਦ ਕਰ ਰਹੇ ਸੀ, ਅਤੇ ਉਹ ਮੇਰੇ ਜ਼ਿਹਨ ਦੇ ਵਿੱਚ ਆ, ਉਹਦੇ ਵਿੱਚ ਸੀਗਾ ਵੀ ਤੁਸੀਂ ਪਿੰਡ ਦੇ ਵਿੱਚ ਕੋਈ ਪਾਰਕ ਡਿਵੈਲਪ ਕੀਤਾ ਜਿਸ ਦੇ ਵਿੱਚ ਇੱਕ ਟਾਈਮਿੰਗ ਆ ਘੁੰਮਣ ਫਿਰਨ ਦੀ। ਜਿੱਦਾਂ ਇੱਥੇ ਸਾਡੇ ਕੋਲ ਇੱਕ ਜਿਹਨੂੰ ਟੋਭਾ ਕਹਿੰਦੇ ਦੇ ਛੱਪੜ ਸੀ, ਹਾਂਜੀ, ਸਾਡੇ ਮੱਖਣ ਪੱਲਣ ਹੋਣਾ ਨੇ ਪ੍ਰਧਾਨ ਸਾਹਿਬ, ਸਾਡੀ ਕਲੱਬ ਦੇ ਪ੍ਰਧਾਨ ਸਾਹਿਬ ਆ, ਅਤੇ ਸਾਡੇ ਸਰਪੰਚ ਸਾਹਿਬ ਨੇ ਜਿੱਦਾਂ ਉਹਦੇ ਵਿੱਚ ਕੰਮ ਕਰਾਉਣਾ ਸ਼ੁਰੂ ਕੀਤਾ, ਅਤੇ ਸਭ ਤੋਂ ਪਹਿਲਾਂ ਮੈਨੂੰ ਫੋਨ ਕੀਤਾ, ਅਤੇ ਮੈਨੂੰ ਕਹਿੰਦੇ ਸਾਨੂੰ ਇੱਦਾਂ 50,000 ਰੁਪਏ ਦੀ ਹੈਲਪ ਆ। ਮੈਂ ਕਿਹਾ ਕਿ ਵਧੀਆ ਤਰੀਕੇ ਨਾਲ ਕਰੋ, ਮੈਂ ਤੁਹਾਨੂੰ 1,00,000 ਰੁਪਇਆ ਦਊਂਗਾ। ਅਸੀਂ ਉਹਨੂੰ ਸ਼ੁਰੂ ਕਰਕੇ ਬਣਾ ਕੇ ਪਾਰਕ ਦੇ ਵਿੱਚ ਇੰਟਰਲੋਕ, ਅਤੇ ਘਾਹ ਲਵਾ ਕੇ, ਪੌਦੇ ਲਵਾ ਕੇ, ਅਤੇ ਸ਼ਾਮ ਨੂੰ ਲੇਡੀਜ਼ ਦਾ ਵੱਖਰਾ ਟਾਈਮ ਰੱਖਿਆ ਹੋਇਆ ਘੁੰਮਣ ਦਾ ਉਹਦੇ ਵਿੱਚ। ਇਹ ਤਾਂ ਮਤਲਬ ਇੱਕ ਪਾਰਕ ਦੀ ਗੱਲ ਆ, ਪਰ ਉਹਦੇ ਵਿੱਚ ਸਰਪੰਚ ਸਾਹਿਬ ਨੇ ਇੱਕ ਬੜਾ ਵੱਡਾ ਜ਼ਿਕਰ ਕੀਤਾ ਸੀ ਵੀ ਪਿੱਛੇ ਜੇ ਗਵਰਨਮੈਂਟ ਨੇ ਕੋਈ ਸਕੀਮ ਸ਼ੁਰੂ ਕੀਤੀ ਸੀਗੀ ਵੀ 1 ਕਰੋੜ ਰੁਪਇਆ ਪਿੰਡ ਵਾਲੇ ਦੇਣ, 1 ਕਰੋੜ ਰੁਪਇਆ ਸੀ ਜਾਂ ਜਿੰਨੀ ਵੀ ਉਹ ਜਿੰਨੇ ਦਾ ਵੀ ਉਹ ਪ੍ਰੋਜੈਕਟ ਸੀਗਾ, ਅੱਧੀ ਰਾਸ਼ੀ ਪਿੰਡ ਵਾਲੇ ਦੇਣ ਅਤੇ ਅੱਧੀ ਰਾਸ਼ੀ ਗਵਰਨਮੈਂਟ ਦੇਵੇਗੀ, ਤਾਂ ਕਿ ਉਹ ਪ੍ਰੋਜੈਕਟ ਆ ਜਿਹੜਾ ਦੋਵਾਂ ਦੇ ਜਿਹੜੇ ਆਪਣੇ ਮਿਲ ਵਰਤਣ ਦੇ ਨਾਲ, ਦੋਵਾਂ ਦੇ ਸਹਿਯੋਗ ਨਾਲ, ਪਿੰਡ ਅਤੇ ਗਵਰਨਮੈਂਟ ਦੇ ਸਹਿਯੋਗ ਦੇ ਨਾਲ ਸਫਲ ਹੋ ਸਕੇ, ਨੇਪਰੇ ਚੜ੍ਹ ਸਕੇ। ਉਹ ਕਿਹੜਾ ਪ੍ਰੋਜੈਕਟ ਸੀਗਾ ਅਤੇ ਕਿੰਨੀ ਜਿਹੜੀ ਰਾਸ਼ੀ ਸੀਗੀ ਤੁਸੀਂ ਕਹਿ ਦਿੱਤਾ ਸੀਗਾ ਵੀ ਮੈਂ ਦੇਵਾਂਗਾ? ਜਿੱਦਾਂ ਅਸੀਂ ਸਾਡੇ ਪ੍ਰਗਟ MLA ਪ੍ਰਗਟ ਭਾਅ ਜੀ ਦੇ ਘਰੇ ਅਸੀਂ ਬੈਠੇ ਸੀ, ਸਰਪੰਚ ਸਾਹਿਬ ਵੀ ਉੱਥੇ ਬੈਠੇ ਸੀ, ਉਹਨੇ ਸਾਨੂੰ ਸਕੀਮ ਦੱਸੀ ਸੀ, ਇੰਨੇ ਪੈਸੇ ਤੁਸੀਂ ਆਪਣੇ ਪਿੰਡ 'ਤੇ ਲਾਓ ਅਤੇ ਉਦੋਂ ਤੈਨੂੰ ਦੁੱਗਣੇ ਪੈਸੇ ਤੁਹਾਨੂੰ ਗੌਰਮੈਂਟ ਦਊਗੀ। ਪਰ ਮੈਂ ਉਹਨਾਂ ਨੂੰ ਹਾਂ ਕਰ ਦਿੱਤੀ ਸੀ, ਮੈਂ ਕਿਹਾ 1 ਕਰੋੜ ਰੁਪਏ ਤੱਕ ਰੇਂਜ ਮੈਂ ਕਰਕੇ ਤੁਹਾਨੂੰ ਦੇ ਸਕਦਾ। ਬਹੁਤ ਵੱਡੀ ਰਾਸ਼ੀ ਹੁੰਦੀ ਆ ਦੋਸਤੋ, 1 ਕਰੋੜ ਰੁਪਇਆ ਕਹਿ ਦੇਣਾ ਸੌਖਾ ਹੈ। ਬੇਸ਼ੱਕ ਆਪਣੇ ਦੋਸਤਾਂ ਮਿੱਤਰਾਂ ਨੂੰ ਜਾਂ ਹੋਰ ਪਿੰਡ ਨੂੰ ਨਾਲ ਲੈ ਕੇ ਚੱਲਦੇ, ਪਰ ਉਸਦੇ ਲਈ ਸਭ ਤੋਂ ਪਹਿਲਾਂ ਜੇ ਕਿਸੇ ਨੂੰ ਤੋਰਨਾ ਹੋਵੇ ਤਾਂ ਖੁਦ ਉਦਾਹਰਨ ਬਣਨਾ ਪੈਂਦਾ ਹੈ। 50 ਲੱਖ ਰੁਪਇਆ ਤਾਂ ਆਪ ਮੂਹਰੇ ਸੁੱਟਣਾ ਪੈਂਦਾ ਵੀ ਆ ਜਾਓ ਯਾਰ, ਮੈਂ ਇੰਨੇ ਪਾਉਣਾ, ਤੁਸੀਂ ਬਾਕੀ ਪਾ ਲਓ, ਅਤੇ ਆਪਾਂ ਪਿੰਡ ਦਾ ਜਿਹੜਾ ਵਿਕਾਸ ਕਰਦੇ ਹਾਂ। ਇਹ ਬਹੁਤ ਹੀ ਵਧੀਆ ਅਤੇ ਬਹੁਤ ਹੀ ਉਸਾਰੂ ਸੋਚ ਆ ਜੋ ਤੁਸੀਂ ਪਿੰਡ ਦੇ ਪ੍ਰਤੀ ਰੱਖ ਰਹੇ ਹੋ, ਅਤੇ ਇਸ ਦੇ ਲਈ ਵੀ ਤੁਹਾਨੂੰ ਅਸੀਂ ਵਧਾਈ ਦਿੰਦੇ ਹਾਂ ਬਈ। ਇਸ ਤਰ੍ਹਾਂ ਦੀ ਸੋਚ ਆ ਜਿਹੜੀ ਉਹ ਹੋਰ ਇਲਾਕਿਆਂ ਦੇ ਵਿੱਚ ਵੀ ਜਾਵੇ, ਇਹੀ ਸਾਡਾ ਜਿਹੜਾ ਤੁਹਾਡੇ NRI ਭਰਾ ਨੇ ਜਾਂ ਪ੍ਰਮੋਟਰ ਭਰਾ ਨੇ ਇੰਟਰਵਿਊ ਕਰਨ ਦਾ ਉਹਨਾਂ ਦੇ ਨਾਲ ਸਾਡਾ ਮੰਤਵ ਹੁੰਦਾ ਵੀ ਜਿਹੜੀਆਂ ਇਸ ਤਰ੍ਹਾਂ ਦੀਆਂ ਉਸਾਰੂ ਗੱਲਾਂ ਨੇ
ਉਹ ਦੁਨੀਆਂ ਦੇ ਸਾਹਮਣੇ ਆ ਸਕਣ ਅਤੇ ਇਹਨਾਂ ਗੱਲਾਂ ਤੋਂ ਉਤਸ਼ਾਹਿਤ ਹੋ ਕੇ ਇਹਨਾਂ ਗੱਲਾਂ ਤੋਂ ਸਿੱਖ ਕੇ ਸਾਡੇ ਹੋਰ ਜੋ ਵੀ ਦੋਸਤ ਨੇ ਉਹ ਵੀ ਆਪਣੇ ਪਿੰਡਾਂ ਦੇ ਲਈ ਕੁਛ ਕਰਨ ਜਾਂ ਕਬੱਡੀ ਦੇ ਲਈ ਕੁਛ ਕਰਨ। ਇਹੀ ਮਕਸਦ ਆ ਸਾਡਾ ਤੁਹਾਡੇ ਇੱਥੇ ਆਉਣ ਦਾ ਅਤੇ ਤੁਹਾਨੂੰ ਪੰਜਾਬੀ ਲਾਈਵ ਟੀ ਵੀ ਦੇ ਰਾਹੀਂ ਪੂਰੀ ਦੁਨੀਆਂ ਦੇ ਰੂਬਰੂ ਕਰਨ। ਇਸ ਵਧੀਆ ਸੋਚ, ਇਸ ਵਧੀਆ ਇਨਸਾਨੀ ਸੋਚ ਰੱਖਣ ਵਾਲੇ ਇਸ ਇਨਸਾਨ ਦੀਆਂ ਇਹਨਾਂ ਗੱਲਾਂ ਕਰਕੇ, ਇਹਨਾਂ ਕਾਰਜਾਂ ਕਰਕੇ ਹੀ ਅੱਜ ਅਸੀਂ ਇਹਨਾਂ ਦੇ ਘਰ ਪਹੁੰਚੇ ਹਾਂ ਵੀ ਇਹਨਾਂ ਦੇ ਨਾਲ ਗੱਲਾਂ ਕਰਕੇ ਦਰਸ਼ਕਾਂ ਦੇ ਰੂਬਰੂ ਕਰਵਾਇਆ ਜਾਵੇ, ਕਿਉਂਕਿ ਮੇਰਾ ਪੂਰਾ ਪਿੰਡ ਦਾ ਵਿਕਾਸ ਹੀ ਨਹੀਂ, ਹਰ ਇੱਕ ਭੈਣ ਭਾਈ ਦੇ ਹੱਕ ਦੇ ਲਈ ਖੜਨ ਵਾਲਾ ਜਤਿੰਦਰ ਜੌਹਲ। ਕੋਈ ਵੀ ਗਰੀਬ ਜਿਸਦੇ ਘਰ ਬਿਮਾਰੀ ਹੋਵੇ ਜਾਂ ਬਿਮਾਰ ਹੋਵੇ, ਇਲਾਜ ਦੇ ਲਈ ਪੈਸੇ ਨਾ ਹੋਣ, ਕਿਸੇ ਵੇਲੇ ਵੀ ਇਹਨਾਂ ਨੂੰ ਫੋਨ ਕਰ ਦੇਵੇ ਜੇ ਇੱਥੇ ਆਏ ਹੁੰਦੇ ਤਾਂ ਇਹਨਾਂ ਦੇ ਕੋਲ ਆ ਜਾਵੇ, ਤਾਂ ਉਸੇ ਵੇਲੇ ਤੁਰੰਤ ਉਹਨਾਂ ਦੇ ਇਲਾਜ ਦੇ ਲਈ ਮਾਇਕ ਮਦਦ ਵੀ ਦਿੰਦੇ ਨੇ, ਉਹਨਾਂ ਦੇ ਲਈ ਪੈਸੇ ਦੀ ਵੀ ਮਦਦ ਕਰਦੇ ਨੇ। ਕੋਈ ਵੀ ਜਿਹੜਾ ਗਰੀਬ ਆ, ਬੇਸ਼ੱਕ ਕਿਸੇ ਵੀ ਧਰਮ ਦੇ ਨਾਲ ਕਿਸੇ ਵੀ ਜਾਤ ਦੇ ਨਾਲ ਸੰਬੰਧ ਰੱਖਦਾ ਹੈ, ਅਤੇ ਇਹ ਜਿਹੜੇ ਦੋਸਤ ਨੇ ਇਹਨਾਂ ਦੇ, ਇਸ ਗੱਲ ਇਹਨਾਂ ਦੇ ਮਾਣ ਕਰਦੇ ਨੇ, ਕਿਉਂਕਿ ਇਹਨਾਂ ਨੇ ਆਪਣੇ ਅਨੇਕਾਂ ਦੋਸਤਾਂ ਨੂੰ, ਜੋ ਕਿ ਬਹੁਤ ਹੀ ਵੱਡੀ ਗੱਲ ਆ ਦੋਸਤੋ, ਆਪਣੇ ਬਰਾਬਰ ਖੜਾ ਕਰਨਾ ਕਿਸੇ ਨੂੰ ਬਹੁਤ ਹੀ ਵੱਡੀ ਗੱਲ ਹੁੰਦੀ ਹੈ, ਅਤੇ ਇਹਨਾਂ ਨੇ ਬਹੁਤ ਹੀ ਆਪਣੇ ਜ਼ਿਆਦਾ ਦੋਸਤਾਂ ਨੂੰ ਹੈਲਪ ਦੇ ਕੇ ਉਹਨਾਂ ਦੇ ਬਿਜ਼ਨਸ ਸੈੱਟ ਕੀਤੇ, ਅਤੇ ਮੈਨੂੰ ਤਾਂ ਪਤਾ ਲੱਗਿਆ ਵੀ ਕਾਫੀ ਦੋਸਤਾਂ ਨੂੰ ਤੁਸੀਂ US ਵੀ ਲੈ ਕੇ ਗਏ। ਦੋ ਤਿੰਨ ਫਰੈਂਡਾਂ ਨੂੰ ਮੈਂ US ਲੈ ਗਿਆ ਆਪਣੇ, ਅਤੇ US ਲਿਜਾ ਕੇ ਉਹਨਾਂ ਨੂੰ ਆਪਣੇ ਬਰਾਬਰ ਖੜਾ ਕਰਨ ਦਾ ਮੌਕਾ ਦਿੱਤਾ, ਉਹਨਾਂ ਨੂੰ ਆਪਣੀ ਜ਼ਿੰਦਗੀ ਆ ਬਿਹਤਰ ਬਣਾਉਣ ਦਾ ਮੌਕਾ ਦਿੱਤਾ, ਅਤੇ ਉਹਨਾਂ ਤੋਂ ਮੈਨੂੰ ਇਹ ਪਤਾ ਲੱਗਾ ਵੀ ਤੁਸੀਂ ਕੋਈ ਪੈਸਾ ਨਹੀਂ ਚਾਰਜ ਕੀਤਾ। ਨਹੀਂ, ਕੋਈ ਪੈਸਾ ਨਹੀਂ ਚਾਰਜ ਕੀਤਾ। ਬਹੁਤ ਹੀ ਵੱਡੀ ਗੱਲ ਆ ਦੋਸਤੋ, ਇਹਨਾਂ ਗੱਲਾਂ ਨੂੰ ਜਿਉਂ ਜਿਉਂ ਅਸੀਂ ਅੱਗੇ ਇਹਨਾਂ ਦੇ ਨਾਲ ਕਰਦੇ ਜਾਂਦੇ ਹਾਂ, ਸਾਂਝ ਪਾਉਂਦੇ ਜਾਂਦੇ ਹਾਂ, ਅਤੇ ਇਹਨਾਂ ਦੇ ਵਿੱਚੋਂ ਇੱਕ ਕਬੱਡੀ ਪ੍ਰਮੋਟਰ ਤੋਂ ਇਲਾਵਾ ਬਈ ਇਨਸਾਨੀਅਤ ਰੱਖਣ ਵਾਲਾ ਇੱਕ ਇਨਸਾਨ ਮਿਲਦਾ ਹੈ, ਕਿਉਂਕਿ ਇਹ ਚੀਜ਼ਾਂ ਉਹੀ ਇਨਸਾਨ ਕਰ ਸਕਦਾ ਜਿਸ ਦੇ ਦਿਲ ਦੇ ਵਿੱਚ ਰਹਿਮ ਹੋਵੇ, ਇਨਸਾਨੀਅਤ ਹੋਵੇ ਅਤੇ ਪੈਸਾ ਖਰਚਣ ਦੀ ਦਲੇਰੀ ਹੋਵੇ। ਜਤਿੰਦਰ, ਜਿਹੜਾ ਇਸ ਸਾਲ ਤੁਹਾਡੇ ਜੰਡਿਆਲੇ ਮੰਜਕੀ ਦਾ ਕੱਪ ਹੋਇਆ ਹੈ, ਜੋ ਕਿ ਤੁਸੀਂ 2014 ਤੋਂ ਕਰਵਾਉਂਦੇ ਆ ਰਹੇ ਹੋ, ਉਹ ਦਿਨੋ ਦਿਨ ਵੱਡਾ ਹੁੰਦਾ ਜਾ ਰਿਹਾ, ਅਤੇ ਇਸ ਵਾਰ ਦਾ ਕੱਪ ਸੀਗਾ ਜਿਹੜਾ, ਉਹ ਤੁਹਾਡਾ ਕਿੱਦਾਂ ਦਾ ਸੀਗਾ? ਇਸ ਵਾਰ ਸਾਡਾ ਕੱਪ ਜਿੱਦਾਂ ਬਹੁਤ ਵਧੀਆ ਹੋ ਰਿਹਾ, ਇਕੱਠ ਵੀ ਬਹੁਤ ਦੇਖਣ ਨੂੰ ਮਿਲਿਆ ਅਤੇ ਮੈਚ ਵੀ ਬਹੁਤ ਸੋਹਣੇ ਹੋਏ, ਅਤੇ ਦੁਆਬੇ ਦਾ ਸਭ ਤੋਂ ਜ਼ਿਆਦਾ ਪ੍ਰਾਈਜ਼ ਵੀ ਸਾਡਾ ਸੀ, ਜਿਸ ਨੂੰ ਸੱਤਾ ਮਠੱਡਾ ਭਾਜੀ ਨੇ ਅਤੇ ਪਾਲਾ ਸੋਤਾ ਅਤੇ ਸੁੱਖਾ ਚੱਕਾ ਵਾਲੇ ਨੇ ਦਿੱਤਾ ਸੀ। ਇਹ ਕਿੰਨਾ ਪ੍ਰਾਈਜ਼ ਸੀਗਾ? 2,11,000। 2,11,000 ਅਤੇ ਦੂਜਾ ਨਾਮ ਸੀ 1,50,000। ਬਿਲਕੁਲ ਦੋਸਤੋ, ਦੁਆਬੇ ਦੇ ਵਿੱਚ ਇਸ ਸਾਲ ਜਿੰਨੇ ਟੂਰਨਾਮੈਂਟਸ ਹੋਏ ਨੇ, 1,50,000 ਸਵਾ ਲੱਖ ਪਹਿਲੀ ਟੀਮ ਨੂੰ ਹੁੰਦਾ ਜਾਂ 1,00,000 ਰੁਪਇਆ ਦੂਜੀ ਟੀਮ ਨੂੰ, ਅਤੇ 2,11,000 ਰੁਪਇਆ ਪਹਿਲੀ ਟੀਮ ਨੂੰ ਇਨਾਮ। ਇਨਾਮ ਤਾਂ ਬਹੁਤ ਜ਼ਿਆਦਾ ਵੱਡੇ ਹੁੰਦੇ ਨੇ, ਪਰ ਜਿਹੜੇ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਦੇ ਕੱਪ ਨੇ ਜਾਂ ਹੋਰ ਫੈਡਰੇਸ਼ਨ ਦੇ ਕੱਪ ਨੇ, ਉਹਨਾਂ ਦੇ ਵਿੱਚ ਮੋਸਟਲੀ 1,50,000 ਰੁਪਇਆ ਪਹਿਲੀ ਟੀਮ ਨੂੰ ਇਨਾਮ ਦਿੱਤਾ ਜਾਂਦਾ, ਅਤੇ ਵਿਰਲੇ ਟੂਰਨਾਮੈਂਟ ਹੀ ਹੁੰਦੇ ਨੇ ਜਿਨ੍ਹਾਂ ਵਿੱਚ ਇਸ ਤਰ੍ਹਾਂ ਦਾ ਜੋ ਜਤਿੰਦਰ ਹੋਰੀ ਦੱਸ ਰਹੇ ਨੇ ਇਨਾਮ ਹੁੰਦੇ ਨੇ। ਅਤੇ 15 ਮੋਟਰਸਾਈਕਲ ਸੀ, ਅਤੇ 15 ਮੋਟਰਸਾਈਕਲ ਦਿੱਤੇ ਗਏ ਸੀ ਇਸ ਟੂਰਨਾਮੈਂਟ, ਅਤੇ ਫਿਰ ਤਾਂ ਵਾਕਈ ਬਹੁਤ ਵੱਡਾ ਟੂਰਨਾਮੈਂਟ ਸੀ, ਅਤੇ 1 ਆਲਟੋ ਬਸੰਤ ਬਾਜੇ ਖਾਨੇ ਹੋਰਾਂ ਨੂੰ ਦਿੱਤੀ ਗਈ, ਸ਼ਰਮਾ ਜੀ ਦਾ ਖੁੱਲ੍ਹਾ ਖੜਾ ਸੀ, ਅਤੇ ਸੁਨੰਦਾ ਸ਼ਰਮਾ ਦਾ ਜਤਿੰਦਰ ਹੋਰੀ ਨਾਂ ਦੀ ਨਾਂ ਦੱਸ ਰਹੇ ਨੇ ਵੀ ਖੁੱਲ੍ਹਾ ਅਖਾੜਾ ਸੀਗਾ। ਅਤੇ ਕਿੰਨੇ ਕੁ ਬਜਟ ਦਾ ਟੂਰਨਾਮੈਂਟ ਬਣ ਗਿਆ ਸੀ ਜਤਿੰਦਰ? ਇਹ ਸਾਡਾ 24-25 ਲੱਖ ਦਾ ਬਜਟ ਦਾ ਟੂਰਨਾਮੈਂਟ ਸੀ ਜੀ। 24-25 ਲੱਖ ਰੁਪਇਆ ਦਾ ਟੂਰਨਾਮੈਂਟ, 7 ਪਲੇਅਰਾਂ ਨੂੰ ਅਸੀਂ 51,000 ਰੁਪਏ ਨਾਲ ਸਨਮਾਨਿਤ ਕੀਤਾ ਜੀ। ਬੜੀ ਵੱਡੀ ਗੱਲ ਆ ਜੀ, ਬੜਾ ਵੱਡਾ ਟੂਰਨਾਮੈਂਟ ਸੀਗਾ 24-25 ਲੱਖ ਦੇ ਬਜਟ ਵਾਲਾ, ਅਤੇ ਇਸ ਦੇ ਲਈ ਸੀ ਅਸੀਂ ਤੁਹਾਡੀ ਜਿਹੜੀ ਜੰਡਿਆਲਾ ਮੰਝਕੀ ਏਰੀਏ ਦੀ ਸਪੋਰਟਸ ਵੈਲਫੇਅਰ ਬਣੀ ਹੋਈ ਹੈ ਉਹਦੇ ਲਈ ਅਸੀਂ ਸ਼ੁਭਕਾਮਨਾ ਦਿੰਦੇ ਹਾਂ, ਉਹਨੂੰ ਵਧਾਈ ਦਿੰਦੇ ਹਾਂ ਵੀ ਐਡਾ ਵੱਡਾ ਇਕੱਠ ਕਰਨਾ, ਕਿਉਂਕਿ ਦੁਆਬੇ ਦੇ ਵਿੱਚ ਇਕੱਠ ਬਹੁਤ ਘੱਟ ਹੁੰਦਾ ਹੈ। ਹਾਂਜੀ, ਅਤੇ ਐਡੇ ਵੱਡੇ ਪ੍ਰਾਈਜ਼ ਦੇਣੇ, ਇਹ ਹਰ ਇੱਕ ਸਪੋਰਟਸ ਕਲੱਬ ਦੇ ਹਿੱਸੇ ਨਹੀਂ ਆਉਂਦਾ ਹੈਗਾ, ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਅਤੇ ਇਸ ਦੇ ਲਈ ਅਸੀਂ ਸਾਰੀ ਕਮੇਟੀ ਵਾਲੇ, ਵੈਲਫੇਅਰ ਸਪੋਰਟਸ ਕਲੱਬ ਵਾਲੇ, ਜੰਡਿਆਲਾ ਮੰਝਕੀ ਵਾਲੇ ਵਧਾਈ ਦੇ ਪਾਤਰੋਂ ਇਹਨਾਂ ਗੱਲਾਂ ਨੂੰ ਕਹਿੰਦਾ ਹੋਇਆ ਮੈਂ ਤੁਹਾਡੇ ਤੋਂ ਵਿਦਾ ਲੈਣਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਧੰਨਵਾਦ, ਮੇਰੇ ਵੱਲੋਂ ਪੰਜਾਬੀ ਲਾਈਫ ਟੀਵੀ ਨੂੰ ਧੰਨਵਾਦ, ਮੈਂ ਦਿਲੋਂ ਧੰਨਵਾਦ ਆ ਜੋ ਮੇਰੇ ਕੋਲ ਆਏ। ਦੋਸਤੋ, ਕਬੱਡੀ ਦੇ ਬਾਰੇ ਗੱਲ ਕਰਨ ਆਏ ਸੀ ਅਸੀਂ ਜਤਿੰਦਰ ਹੋਰਾਂ ਦੇ ਨਾਲ, ਕਿਉਂਕਿ ਮਾਂ ਖੇਡ ਕਬੱਡੀ ਨੂੰ ਪ੍ਰਮੋਟ ਕਰ ਰਹੇ ਨੇ, ਉਹ ਵੀ ਇੰਨੀ ਛੋਟੀ ਉਮਰ ਦੇ ਵਿੱਚ, 29-30 ਸਾਲ ਦੀ ਉਮਰ ਦੇ ਵਿੱਚ ਤਾਂ ਜਿਹੜੇ ਲੋਕ ਨੇ ਉਹ ਕਬੱਡੀ ਖੇਡਦੇ ਹੀ ਰਹਿੰਦੇ ਨੇ, ਅਤੇ ਪਰ ਜਤਿੰਦਰ ਹੋਰੀ ਮਾਂ ਖੇਡ ਕਬੱਡੀ ਨੂੰ ਇਸ ਲੈਵਲ ਤੱਕ ਪ੍ਰਮੋਟ ਕਰ ਰਹੇ ਨੇ, ਇਹਨਾਂ ਗੱਲਾਂ ਕਰਕੇ ਅਸੀਂ ਇਹਨਾਂ ਕੋਲ ਆਏ ਸੀ। ਪਰ ਇੱਥੇ ਆ ਕੇ ਇੱਕ ਅਲੱਗ ਹੀ ਤਰ੍ਹਾਂ ਨੇ ਜਤਿੰਦਰ ਦੇ ਨਾਲ ਸਾਡਾ ਵਾਹ ਵਾਸਤਾ ਪਿਆ, ਜਿਉਂ ਜਿਉਂ ਗੱਲਾਂ ਕਰਦੇ ਜਾ ਰਹੇ ਹਾਂ ਇੱਕ ਅਲੱਗ ਹੀ ਤਰ੍ਹਾਂ ਦੇ ਜਤਿੰਦਰ ਦੇ ਨਾਲ ਅਸੀਂ ਰੂਬਰੂ ਹੁੰਦੇ ਜਾ ਰਹੇ ਹਾਂ। ਉਹ ਜਤਿੰਦਰ ਜਿਹੜਾ ਪਿੰਡ ਦੇ ਵਿਕਾਸ ਦੇ ਲਈ 1 ਕਰੋੜ ਰੁਪਏ ਦੀ ਹਾਂ ਕਰ ਦਿੰਦਾ ਹੈ, ਪਿੰਡ ਦੀ ਪਾਰਕ ਦੇ ਲਈ ਉਹ ਹਾਂ ਕਰ ਦਿੰਦਾ ਹੈ, ਪਿੰਡ ਦੇ ਗਰੀਬ ਗੁਰਬੇ ਦੀ ਮਦਦ ਕਰਦਾ ਹੈ, 151 ਕੁੜੀਆਂ ਦੇ ਵਿਆਹ ਕਰਦਾ ਹੈ, ਅਤੇ
151 ਕੁੜੀਆਂ ਦੀ ਲੋਹੜੀ ਮਨਾਉਂਦਾ, ਸੌਰੀ ਸ਼ਗਨਾਂ ਦੀ, ਅਤੇ ਫਿਰ ਵਿਆਹ ਕਰਦਾ ਹੈ, ਹੋਰ ਵੀ ਜਿਹੜੇ ਲੋੜਵੰਦ ਨੇ ਉਹਨਾਂ ਦੀ ਮਦਦ ਕਰਦਾ। ਇਹਨਾਂ ਦੇ ਨਾਲ ਗੱਲਾਂ ਕਰਦੇ ਹੋਏ ਮਨ ਨੂੰ ਬੜਾ ਸਕੂਨ ਮਿਲ ਰਿਹਾ ਬਈ, ਬੜੀ ਵਧੀਆ ਇੰਟਰਵਿਊ ਹੋਣ ਜਾ ਰਹੀ ਆ, ਕਿਉਂਕਿ ਇੱਦਾਂ ਦੀਆਂ ਇੰਟਰਵਿਊਜ਼ ਬਹੁਤ ਘੱਟ ਹੁੰਦੀਆਂ ਨੇ, ਕਿਉਂਕਿ ਜ਼ਿਆਦਾਤਰ ਅਸੀਂ ਕਬੱਡੀ ਖਿਡਾਰੀਆਂ ਦੇ ਕਰਦੇ ਹਾਂ, ਪਰ ਸਾਨੂੰ ਅੱਜ ਇਹ ਲੱਗ ਰਿਹਾ ਵੀ ਅਸੀਂ ਕਬੱਡੀ ਪ੍ਰਮੋਟਰ ਦੀ ਨਹੀਂ, ਅਸੀਂ ਇੱਕ ਸਮਾਜ ਸੇਵਕ ਦੀ ਇੰਟਰਵਿਊ ਕਰ ਰਹੇ ਹਾਂ, ਅਤੇ ਇਸ ਦੇ ਲਈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਸਮਾਜ ਦੀ ਇੰਨੀ ਸੇਵਾ ਕਰ ਰਹੇ ਨੇ, ਅਤੇ ਇਹਨਾਂ ਨੇ ਸਾਡੇ ਪੰਜਾਬੀ ਲਾਈਵ ਟੀਵੀ ਨੂੰ ਇੰਨਾ ਸਮਾਂ ਦਿੱਤਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ।